ਰੇਡੀਓ ਕੌਮੀ ਆਵਾਜ਼ ਦੇ ਸਾਰੇ ਸਰੋਤਿਆਂ ਦਾ ਪ੍ਰੋਗਰਾਮ ਸ਼ਾਮਦੀ ਸਭਾ ਦੇ ਵਿੱਚ ਮੈਂ ਹਰਕਮਲ ਸਿੰਘ ਫਤਿਹ ਦੇ ਨਾਲ ਨਿੱਘਾ ਸਵਾਗਤ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਰੀਕ ਹੋ ਗਈ ਅੱਜ 22 ਭਾਦੋ, ਨਾਨਕ ਸਾਹਿਬ ਸੰਮਤ 550 ਅਤੇ 6 ਸਤੰਬਰ 2018 ਦਿਨ ਵੀਰਵਾਰ ਦੀ ਸ਼ਾਮ ਦੀ ਸੇਵਾ ਚੁੱਕੇ ਨੇ। ਪ੍ਰੋਗਰਾਮ ਸ਼ਾਮਦੀ ਸਭਾ ਦੇ ਪਹਿਲੇ ਭਾਗ ਵਿੱਚ ਪੰਜਾਬ ਅਤੇ ਭਾਰਤੀ ਖਿੱਤੇ ਦੀਆਂ ਖਬਰਾਂ ਦੀ ਆਪਾਂ ਨੂੰ ਵਿਸਥਾਰ ਨਾਲ ਜਾਣਕਾਰੀ ਦੇਣਗੇ ਪਰਮਵੀਰ ਸਿੰਘ ਵਾੜ। ਸੋ ਸਾਡਾ ਰਾਬਤਾ ਇਸ ਵਕਤ ਉਹਨਾਂ ਨਾਲ ਪੰਜਾਬ ਦੇ ਵਿੱਚ ਕਾਇਮ ਹੋ ਚੁੱਕਿਆ। ਆਓ ਉਹਨਾਂ ਕੋਲੋਂ ਜਾਣਦੇ ਹਾਂ ਪੰਜਾਬ ਭਾਰਤ ਦਾ ਹਾਲ ਚਾਲ। ਵਾੜ ਸਾਹਿਬ ਸਵਾਗਤ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰੀਆ, ਮਿਹਰਬਾਨੀ ਹਰ ਕਮਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾੜ ਸਾਹਿਬ, ਸਭ ਤੋਂ ਪਹਿਲੀ ਗੱਲ ਅੱਜ ਆਪਾਂ ਕਰ ਲਈਏ ਪੰਜਾਬ ਕਾਂਗਰਸ ਦੀਆਂ ਸਰਗਰਮੀਆਂ ਦੀ। ਬੜਾ ਕੁਛ ਪੰਜਾਬ ਦੇ ਵਿੱਚ ਚੱਲ ਰਿਹਾ, ਉੱਪਰੋਂ ਇਲੈਕਸ਼ਨਾਂ, ਪੰਚਾਇਤੀ ਚੋਣਾਂ ਵੀ ਨੇੜੇ ਆ ਰਹੀਆਂ ਨੇ, ਉਸ ਤੋਂ ਬਾਅਦ ਅੱਗੇ 2019 ਦੀਆਂ ਵੀ ਤਿਆਰੀਆਂ ਹੋਣੀਆਂ ਨੇ, ਤੇ ਇਸ ਵਕਤ ਸਾਰੇ ਕੁਛ ਨੂੰ ਧਿਆਨ 'ਚ ਰੱਖਦੇ ਕੀ ਸਰਗਰਮੀਆਂ ਚੱਲ ਰਹੀਆਂ ਨੇ ਪੰਜਾਬ ਕਾਂਗਰਸ ਦੀਆਂ? ਹਰਕਮਲ ਸਿੰਘ ਜੀ, ਇਸ ਵੇਲੇ ਕਾਂਗਰਸ ਪਾਰਟੀ ਨੂੰ ਇਹ ਲੱਗਦਾ ਕਿ ਸਾਡੇ ਲਈ ਸਾਰਾ ਕੁਝ ਠੀਕ ਚੱਲ ਰਿਹਾ, ਮਾਫਕ ਚੱਲ ਰਿਹਾ ਜੀ। ਜਿਸ ਤਰੀਕੇ ਦੀ ਪ੍ਰਾਪਤੀ ਉਹ ਪੰਜਾਬ ਦੇ ਵਿੱਚ ਚਾਹੁੰਦੇ ਸੀ ਕਿ ਸਾਡੀ ਸਿਆਸੀ ਤੌਰ ਤੇ ਰਹੇ, ਉਹਨਾਂ ਨੂੰ ਲੱਗਦਾ ਕਿ ਸਾਡੀ ਸਥਿਤੀ ਉੱਥੇ ਤੇ ਹੈਗੀ ਹੈ ਜੀ, ਕਿਉਂਕਿ ਆਮ ਆਦਮੀ ਪਾਰਟੀ ਖੱਖੜੀਆਂ ਕਰੇਲੇ ਆ, ਦੋ ਧੜਿਆਂ ਦੇ ਵਿੱਚ ਵੰਡੀ ਜਾ ਚੁੱਕੀ ਹੈ। ਕਿਸੇ ਹੋਰ ਦੇ ਉੱਤੇ ਹਮਲਾ ਉਹਨਾਂ ਨੇ ਕੀ ਕਰਨਾ ਇਸ ਵੇਲੇ, ਜਿੰਨਾ ਕੁ ਸਿਆਸੀ ਤੌਰ ਤੇ ਗੋਲਾ ਬਰੂਦ ਆਮ ਆਦਮੀ ਪਾਰਟੀ ਕੋਲ ਹੈਗਾ, ਉਸ ਗੋਲਾ ਬਰੂਦ ਦੀ ਵਰਤੋਂ ਉਹ ਆਪਣੇ ਪਾਰਟੀ ਦੇ ਦੂਸਰੇ ਧੜੇ ਦੇ ਉੱਤੇ ਕਰਨ ਲਈ ਕਰੀ ਜਾਂਦੇ ਆ ਜੀ। ਕਾਂਗਰਸ ਪਾਰਟੀ ਉਧਰੋਂ ਨਿਸ਼ਚਿੰਤ ਹੈ, ਉਹਨਾਂ ਨੂੰ ਪਤਾ ਕਿ ਚਾਰ ਵੋਟਾਂ ਉਧਰਲੇ ਪਾਸਿਓਂ ਐਨੂੰ ਆ ਜਾਣੀਆਂ, ਸਾਡੀਆਂ ਖਿਸਕੇ ਉਧਰਲੇ ਪਾਸੇ ਨਹੀਂ ਜਾਣੀਆਂ ਜੀ। ਅਗਲੀ ਗੱਲ, ਅਕਾਲੀ ਦਲ ਦੀ, ਅਕਾਲੀ ਦਲ ਖਤਰਾ ਪੈਦਾ ਬਣਨਾ ਸੀ, ਤੇ ਅਕਾਲੀ ਦਲ ਦੇ ਲੀਡਰਾਂ ਦੇ ਉੱਤੇ ਜਿਸ ਤਰੀਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਦੇ ਤੇ ਸੇਵਾ ਮੁਕਤ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਉਣ ਤੋਂ ਬਾਅਦ ਦੋਸ਼ ਲੱਗੇ ਆ, ਉਹਦੇ ਕਰਕੇ ਅਕਾਲੀ ਦਲ ਵੀ ਬੈਕਫੁੱਟ ਤੇ ਆ। ਅਕਾਲੀ ਦਲ ਦੇ ਲਈ ਹੋਂਦ ਬਚਾਉਣ ਦਾ ਸਵਾਲ ਹੈ, ਅਕਾਲੀ ਦਲ ਦੇ ਆਪਣੇ ਹੀ ਲੀਡਰਾਂ ਨੇ ਜਿਸ ਤਰੀਕੇ ਆਪਣੀ ਪਾਰਟੀ ਦੇ ਆਗੂਆਂ ਦੇ ਉੱਤੇ ਦੋਸ਼ ਲਾਉਣੇ ਸ਼ੁਰੂ ਕੀਤੇ ਆ, ਉਹਨਾਂ ਦੇ ਫੈਸਲਿਆਂ ਦੇ ਉੱਤੇ ਕਿੰਤੂ ਕਰਨਾ ਸ਼ੁਰੂ ਕੀਤਾ, ਉਹਦੇ ਕਰਕੇ ਵੀ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਨੂੰ ਲੱਗਦਾ ਕਿ ਸਭ ਕੁਝ ਠੀਕ ਕਰਦੇ। ਹੁਣ ਪੰਥਕ ਮੁੱਦਿਆਂ ਦੇ ਉੱਤੇ ਕਾਂਗਰਸ ਪਾਰਟੀ ਦੀਆਂ ਸਰਗਰਮੀਆਂ ਇੰਨੀਆਂ ਜ਼ਿਆਦਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਪੱਧਰ ਦੇ ਉੱਤੇ ਢਾਹ ਲਾਉਣ ਦੇ ਯਤਨਾਂ 'ਚ ਨੇ ਜੀ। ਪਿਛਲੇ ਜੇ ਦੇਖੀਏ ਆਪਾਂ ਤਾਂ 20 ਘੰਟਿਆਂ ਦੇ ਵਿੱਚ ਬਹੁਤ ਕੁਝ ਘਟਿਆ ਵਾਪਰਿਆ। ਕਾਂਗਰਸ ਪਾਰਟੀ ਨੇ ਆਪਣੇ 5 ਮੰਤਰੀਆਂ ਨੂੰ ਭੇਜਿਆ ਸੁਨੀਲ ਜਾਖੜ ਦੀ ਅਗਵਾਈ 'ਚ। ਮੰਤਰੀ ਕੌਣ? ਨਵਜੋਤ ਸਿੱਧੂ, ਤ੍ਰਿਪਤ ਰਜਿੰਦਰ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਬਲਵੀਰ ਸਿੰਘ ਸਿੱਧੂ ਤੇ ਸਾਧੂ ਸਿੰਘ ਧਰਮਸੋਤ। ਇਹਨਾਂ 5 ਮੰਤਰੀਆਂ ਦੀ ਡਿਊਟੀ ਕੀ ਲੱਗੀ ਕਿ ਤੁਸੀਂ ਉਹਨਾਂ ਇਲਾਕਿਆਂ 'ਚ ਜਾਓ ਜਿਹਨਾਂ ਇਲਾਕਿਆਂ ਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਸਭ ਤੋਂ ਵੱਧ ਮਸ਼ਹੂਰ ਹੋਈਆਂ ਸੀ ਜੀ, ਜਿਹਨਾਂ ਦੀ ਚਰਚਾ ਪੰਜਾਬ 'ਚ ਸਭ ਤੋਂ ਵੱਧ ਚੱਲਦੀ ਹੈ, ਤੇ ਉਹਨਾਂ ਘਟਨਾਵਾਂ ਦੇ ਨਾਲ ਸੰਬੰਧਿਤ ਪੀੜਿਤ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕਰੋ। 5 ਮੰਤਰੀ ਗਏ, ਸਭ ਤੋਂ ਪਹਿਲਾਂ ਪਿੰਡ 5 ਗ੍ਰਾਈ ਖੁਰਦ ਦੇ ਵਿੱਚ। ਉਸ ਪਿੰਡ 5 ਗ੍ਰਾਈ ਖੁਰਦ ਦੇ ਵਿੱਚ 2 ਸਕੇ ਭਰਾ ਨੇ, ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ। ਇਹ ਦੋਵੇਂ ਭਰਾ ਤੇ ਪਿੰਡ ਉਦੋਂ ਚਰਚਾ ਦੇ ਵਿੱਚ ਆਇਆ ਸੀ ਜਦੋਂ 2015-16 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ 'ਚ ਅਥਾਹ ਵਾਧਾ ਹੋਇਆ। ਇੱਕਦਮ ਪੁਲਿਸ ਨੂੰ ਲੱਭਦਾ ਕੋਈ ਨਹੀਂ ਸੀ ਬੰਦਾ ਕੌਣ ਕਰੀ ਜਾਂਦਾ, ਸਰਕਾਰ ਦੇ ਉੱਤੇ ਦਬਾਅ ਬਹੁਤ ਸੀ, ਤੇ ਅਚਾਨਕ ਇੱਕ ਪ੍ਰੈਸ ਕਾਨਫਰੰਸ ਹੁੰਦੀ ਹੈ ਤੇ ਉਹਦੇ ਵਿੱਚ ਦਾਅਵਾ ਕੀਤਾ ਜਾਂਦਾ ਕਿ ਆਹ ਭਾਈ 5 ਗ੍ਰਾਈ ਖੁਰਦ ਦੇ 2 ਸਕੇ ਭਰਾ ਨੇ ਜਸਵਿੰਦਰ ਸਿੰਘ ਤੇ ਰੁਪਿੰਦਰ ਸਿੰਘ, ਇਹਨਾਂ ਦੋਵਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ। ਇਹਦੇ ਤੋਂ ਬਾਅਦ ਏਡਾ ਵੱਡਾ ਹੋ ਹੱਲਾ ਮਚ ਗਿਆ ਜੀ, ਚਲੋ ਦੋਵੇਂ ਮੁੰਡੇ ਗ੍ਰਿਫਤਾਰ ਕਰ ਲੈ। ਲੋਕਾਂ ਦੇ ਗਲੇ ਨਾ ਉਤਰੇ ਗੱਲ ਕਿ ਮੁੰਡੇ ਅੰਮ੍ਰਿਤਧਾਰੀ, ਸਾਬਤ ਸੂਰਤ ਸਿੱਖ, ਗੁਰੂ ਦੀ ਰਜ਼ਾ ਦੇ ਵਿੱਚ ਰਹਿਣ ਵਾਲੇ ਬੰਦੇ, ਇਹ ਕਿਵੇਂ ਕਰ ਸਕਦੇ? ਚਲੋ ਲੋਕੀ ਸੜਕਾਂ ਤੇ ਆਏ। ਇੰਨਾ ਜ਼ਿਆਦਾ ਵਿਵਾਦ ਖੜਾ ਹੋ ਗਿਆ ਕਿ 5-7 ਦਿਨਾਂ ਦੇ ਵਿੱਚ ਪੁਲਿਸ ਨੂੰ ਦੋਵੇਂ ਭਰਾ ਛੱਡਣੇ ਪਏ ਤੇ ਨਾਲੇ ਆਖਣਾ ਪਿਆ ਨਹੀਂ ਜੀ ਸਾਨੂੰ ਇਹਨਾਂ ਦੇ ਖਿਲਾਫ਼ ਕੋਈ ਸਬੂਤ ਨਹੀਂ ਲੱਭਾ। ਪੰਜਾਬ ਦੇ 5 ਕੈਬਨਿਟ ਮੰਤਰੀ ਸਭ ਤੋਂ ਪਹਿਲਾਂ ਇਹਨਾਂ ਦੋਵਾਂ ਦੇ ਘਰੇ ਗਏ, ਇਹਨਾਂ ਨੂੰ ਮਿਲ ਤੇ ਉੱਥੇ ਉਹਨਾਂ ਤੋਂ ਗੱਲ ਸੁਣੀ ਤੇ ਬਾਅਦ 'ਚ ਨਵਜੋਤ ਸਿੱਧੂ ਨੇ ਕਿਹਾ ਕਿ ਦੇਖਿਆ ਪੰਜਾਬ ਦੇ ਗੱਭਰੂ ਏਦਾਂ ਦੇ ਵੀ ਹੈਗੇ ਆ। ਉਹ ਕਹਿੰਦੇ 4 ਦਿਨ ਇਹਨਾਂ ਨੂੰ 3rd degree ਟੋਰਚਰ ਕੀਤਾ, ਸੌਣ ਨਹੀਂ ਦਿੱਤਾ, ਖਾਣ ਨਹੀਂ ਦਿੱਤਾ, ਪਾਣੀ 'ਚ ਡੋਬੇ ਗਏ, ਇਹਦੇ ਬਾਵਜੂਦ ਵੀ ਕਹਿੰਦੇ ਇਹਨਾਂ ਨੇ ਕਿਸੇ ਦਾ ਨਾਮ ਨਹੀਂ ਲਿਆ। ਤੇ ਨਵਜੋਤ ਸਿੱਧੂ ਨੇ ਇੱਥੋਂ ਤੱਕ ਦਾਅਵਾ ਕਰਤਾ, ਉਹ ਕਹਿੰਦੇ ਕਿ ਕੁਝ ਸਰਕਾਰੀ ਬੰਦੇ, ਸਰਕਾਰਾਂ ਵਾਲੇ ਤੇ ਕੁਝ ਪੁਲਿਸ ਦੇ ਅਧਿਕਾਰੀ ਇਹਨਾਂ ਦੇ ਉੱਤੇ ਦਬਾਅ ਪਾਉਂਦੇ ਸੀ ਕਿ ਤੁਸੀਂ ਸਿੱਖ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਦਾ ਨਾਂ ਲੈ ਦਿਓ, ਤੇ ਭਾਈ ਪੰਥਪ੍ਰੀਤ ਸਿੰਘ ਨੇ ਤੁਹਾਨੂੰ ਬੇਅਦਬੀ ਕਰਨ ਲਈ ਆਖਿਆ, ਕਹਿੰਦੇ ਅਸੀਂ ਨਾਂ ਨਹੀਂ ਲਿਆ। ਇੱਥੋਂ ਤੱਕ ਵੀ ਨਵਜੋਤ ਸਿੰਘ ਸਿੱਧੂ ਨੇ ਕਹਿਤਾ, ਉਹ ਕਹਿੰਦੇ ਕਿ ਕੁੱਲ ਮਿਲਾ ਕੇ ਇਸ ਪਿੰਡ ਦੇ ਸਰਪੰਚ ਬਲਦੇਵ ਸਿੰਘ ਨੂੰ ਵੀ 40 ਲੱਖ ਰੁਪਏ ਦਾ ਲਾਲਚ ਦਿੱਤਾ ਕਿ ਤੈਨੂੰ ਰੁਪਈਆ 40 ਲੱਖ ਦਿੰਦੇ ਹਾਂ ਗਿਣ ਕੇ, ਤੂੰ ਸਾਡੇ ਵੱਲ ਆ ਜਾ,
ਅਸੀਂ ਜੋ ਕਹਿੰਦੇ ਆ ਤੂੰ ਉਹਦਾ ਨਾਂ ਲੈ ਤੇ ਬਾਕੀ ਅਸੀਂ ਆਪੇ ਦੇਖ ਲਾਂਗੇ, ਤੁਸੀਂ 40 ਲੱਖ ਰੁਪਇਆ ਲੈ ਘਰ ਚੋਂ ਜੀ। ਹੁਣ ਬਲਦੇਵ ਸਿੰਘ ਕਹਿੰਦਾ ਮੈਂ ਨਹੀਂ ਮੰਨਿਆ। ਇਹਦੇ ਤੋਂ ਬਾਅਦ ਜਦੋਂ ਰੁਪਿੰਦਰ ਸਿੰਘ ਨਾਲ ਗੱਲ ਹੋਈ, ਜਿਹੜੇ ਮੁੰਡੇ ਨੂੰ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ ਸੀ ਉਹਦੇ ਭਰਾ ਸਮੇਤ, ਉਹ ਕਹਿੰਦੇ ਜੀ ਦੇਖੋ ਗੱਲ ਇਹ ਆ, ਸਾਨੂੰ ਸਰਕਾਰੀ ਨੌਕਰੀ ਦਾ ਵੀ ਲਾਲਚ ਦਿੰਦੇ ਸੀ, ਸਾਨੂੰ ਲੱਖਾਂ ਰੁਪਈਆਂ ਦਾ ਵੀ ਲਾਲਚ ਦਿੰਦੇ ਸੀ, ਸਾਡੇ ਨਾਲ ਕੁੱਟਮਾਰ ਵੀ ਬਹੁਤ ਕੀਤੀ, ਪਰ ਇਹਦੇ ਬਾਵਜੂਦ ਵੀ ਉਹ ਕਹਿੰਦੇ ਕਿ ਅਸੀਂ ਕਿਸੇ ਦਾ ਝੂਠਾ ਨਾਂ ਨਹੀਂ ਲਿਆ। ਤੇ ਨਾਲ ਉਹਨਾਂ ਨੇ ਇਹ ਵੀ ਮੰਗ ਕਰਤੀ, ਉਹ ਕਹਿੰਦੇ ਕਿ ਅਸੀਂ ਹੁਣ ਮੰਗ ਕਰਦੇ ਹਾਂ ਕਿ ਬੇਅਦਬੀ ਵਾਲੀਆਂ ਘਟਨਾਵਾਂ ਦੇ ਕਥਿਤ ਛੋਟੇ ਛੋਟੇ ਦੋਸ਼ੀ ਤਾਂ ਸਰਕਾਰਾਂ ਨੇ ਕਾਬੂ ਕਰ ਲਿਆ, ਪਰ ਅਸਲ ਦੇ ਵਿੱਚ ਜਿਹੜੇ ਮਗਰਮੱਛ ਪਿੱਛੇ ਬੈਠੇ ਆ, ਜਿਨ੍ਹਾਂ ਨੇ ਜਾਂ ਤਾਂ ਸਾਜ਼ਿਸ਼ਾਂ ਘੜੀਆਂ ਤੇ ਜਾਂ ਫਿਰ ਇਹ ਸਾਰੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਸ਼ੈਲਟਰ ਕੀਤਾ, ਕਹਿੰਦੇ ਉਹਨਾਂ ਨੂੰ ਫੜੋ। ਰੁਪਿੰਦਰ ਸਿੰਘ ਤਾਂ ਸਿੱਧਾ ਬਾਦਲ ਪਰਿਵਾਰ ਦਾ ਨਾਂ ਲੈਤਾ ਕਿ ਭਾਈ ਇਹਨਾਂ ਨੂੰ ਫੜੋ, ਜਦ ਤੱਕ ਇਹਨਾਂ ਨੂੰ ਨੀ ਫੜਦੇ ਕੰਮ ਨਹੀਂ ਕਰਦਾ। ਫਿਰ ਉਹਦੇ ਤੋਂ ਬਾਅਦ ਇਹ ਜਿਹੜੀ ਟੀਮ ਹੈ ਜਿਹਦੇ ਵਿੱਚ ਜਾਖੜ ਸਾਹਿਬ ਵੀ ਜਾ ਕੇ ਸ਼ਾਮਿਲ ਹੋ ਗਿਆ, ਇਸ ਟੀਮ ਨੇ ਬਹਿਬਲ ਕਲਾਂ ਦਾ ਵੀ ਦੌਰਾ ਕੀਤਾ, ਬੁਰਜ ਜਵਾਹਰ ਸਿੰਘ ਦਾ ਵੀ ਦੌਰਾ ਕੀਤਾ, ਤੇ ਨਾਲ ਇਹ ਵੀ ਐਲਾਨ ਕਰ ਦਿੱਤਾ ਕਿ ਗੁਰੂ ਘਰ ਦੇ ਵਿੱਚ ਸੰਬੋਧਨ ਕਰਦੇ ਹਾਂ, ਗੁਰੂ ਘਰ ਦੇ ਨੇੜੇ ਸੰਬੋਧਨ ਕਰਦੇ ਹਾਂ ਕਿ ਦੇਖੋ ਜੀ ਗੱਲ ਇਹ ਹੈ ਕਿ ਅਸੀਂ 15 ਲੱਖ ਰੁਪਈਆ ਪੰਜਾਬ ਸਰਕਾਰ ਵੱਲੋਂ ਤਸ਼ੱਦਦ ਪੀੜਤ ਇਹਨਾਂ ਦੋਵਾਂ ਭਰਾਵਾਂ ਨੂੰ ਦਿਆਂਗੇ। 5 ਲੱਖ ਰੁਪਈਆ ਉਹਨਾਂ ਨੇ ਕਹਿਤਾ ਸੀ ਕਿ ਅਸੀਂ ਬਹਿਬਲ ਕਲਾਂ ਦੇ ਗ੍ਰੰਥੀ ਸਿੰਘ ਨੂੰ ਦਿਆਂਗੇ, ਜਿਸ ਗ੍ਰੰਥੀ ਸਿੰਘ ਤੇ ਉਹਦੀ ਧਰਮ ਪਤਨੀ ਦੇ ਉੱਤੇ ਵੀ ਬਹੁਤ ਟੌਰਚਰ ਹੋਇਆ, ਕਿ ਤੁਸੀਂ ਦੱਸੋ ਕਿ ਭਾਈ ਇਹ ਸਾਰੀ ਘਟਨਾ ਕਿਵੇਂ ਹੋਈ, ਕਿਹਨੇ ਕੀਤੀ। ਤੇ ਨਾਲ ਦੀ ਨਾਲ ਇਹ ਵੀ ਗੱਲਾਂ ਬਾਤਾਂ ਕਹਿਤੀਆਂ ਗਈਆਂ। ਹੁਣ ਨਵਜੋਤ ਸਿੰਘ ਸਿੱਧੂ ਨੇ ਉੱਥੇ ਕਹਿਤਾ, ਕਹਿੰਦੇ ਦੇਖੋ ਇਨਸਾਫ਼ ਨਹੀਂ ਸੀ ਦਿੱਤਾ ਅਕਾਲੀਆਂ ਨੇ, ਪੰਜਾਬ ਦੇ ਲੋਕਾਂ ਨੇ ਅਕਾਲੀ ਕਿੱਥੇ ਲਿਜਾ ਕੇ ਸੁੱਟ ਦਿੱਤੇ। ਪਰ ਉਹ ਕਹਿੰਦੇ ਮੈਂ ਨਾਲ ਦੀ ਨਾਲ ਆਪਣੀ ਪਾਰਟੀ ਦੀ ਸਰਕਾਰ ਨੂੰ ਵੀ ਕਹਿ ਦਿੰਦਾ ਕਿ ਜੇ ਅਸੀਂ ਵੀ ਸਮਾਂ ਬਾਅਦ ਇਨਸਾਫ਼ ਨਾ ਦਿੱਤਾ ਤਾਂ ਲੋਕਾਂ ਨੇ ਸਾਨੂੰ ਵੀ ਬਿਲਕੁਲ ਉੱਥੇ ਲਿਜਾ ਕੇ ਸੁੱਟਣਾ ਹੈ ਜਿੱਥੇ ਅੱਜ ਅਕਾਲੀ ਦਲ ਨੂੰ ਸੁੱਟਿਆ ਹੋਇਆ। ਉਹਨਾਂ ਇਹ ਵੀ ਕਹਿਤਾ, ਉਹ ਕਹਿੰਦੇ ਕਿ ਸਮਾਂ ਬਾਅਦ ਇਨਸਾਫ਼ ਮਿਲੇ ਤਾਂ ਚੰਗਾ, ਲੋਕੀ ਉਮੀਦ ਕਰਦੇ ਆ, ਆਪਾਂ ਲੋਕਾਂ ਦੀਆਂ ਉਮੀਦਾਂ ਭੰਗ ਨਾ ਕਰੀਏ ਤਾਂ ਚੰਗਾ, ਨਹੀਂ ਤਾਂ ਆਉਣ ਵਾਲਾ ਸਮਾਂ ਕਾਂਗਰਸ ਪਾਰਟੀ ਲਈ ਮਾੜਾ। ਇਹਦਾ ਮਤਲਬ ਹੈ ਕਿ ਇੱਕ ਪਾਸੇ ਫੂਲਕਾ ਸਾਹਿਬ ਕਾਂਗਰਸ ਪਾਰਟੀ ਦੀ ਮੌਜੂਦਾ ਸਰਕਾਰ ਦੇ ਉੱਤੇ ਦਬਾਅ ਪਾ ਰਿਹਾ, ਤੇ ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਵੀ ਤਕਰੀਬਨ ਉਸੇ ਤਰੀਕੇ ਦਾ ਬਿਆਨ ਦਿੱਤਾ, ਜਿਹਦੇ ਕਰਕੇ ਹੁਣ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਕੁਝ ਹੱਦ ਤੱਕ ਪ੍ਰੈਸ਼ਰ ਜਿਹੜਾ ਉਹ ਕ੍ਰੀਏਟ ਹੋਣ ਦੇ ਚਾਂਸ ਬਣ ਗਏ ਆ। ਇਹਦੇ ਨਾਲ ਨਾਲ ਜਾਖੜ ਸਾਹਿਬ ਨੇ ਕਈ ਕੁਝ ਕਹਿਤਾ, ਉਹ ਕਹਿੰਦੇ ਸੁਖਬੀਰ ਸਿੰਘ ਬਾਦਲ ਨਹੀਂ ਹੈ, ਸੁਖਬੀਰ ਇਨਸਾਫ਼ ਤੇ ਡੇਰਾ ਸਿਰਸੇ ਦਾ ਪੱਕਾ ਬੰਦਾ। ਉਹਨਾਂ ਇਹ ਵੀ ਕਹਿਤਾ ਕਿ ਡੇਰੇ ਸਿਰਸੇ ਦੇ ਮੁਖੀ ਨੇ ਉਹ ਟਪੂਸੀਆਂ ਦੀਆਂ ਮਾਰ ਮਾਰ ਕੇ ਜਿਹੜੀਆਂ ਫਿਲਮਾਂ ਬਣਾਈਆਂ ਸੀ, ਮੈਨੂੰ ਤਾਂ ਲੱਗਦਾ ਕਿ ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਹਿੱਸਾ, ਇਸੇ ਕਰਕੇ ਸੁਖਬੀਰ ਸਿੰਘ ਬਾਦਲ ਨੇ ਉਹ ਫਿਲਮ ਪੰਜਾਬ ਦੇ ਵਿੱਚ ਦਿਖਾਉਣ ਦੇ ਲਈ ਪੰਜਾਬ ਦੀ ਸ਼ਾਂਤੀ ਭੰਗ ਕਰਨ ਤੱਕ ਨਾ ਅੰਗਰੇਜ਼ ਨਹੀਂ ਸੀ ਕੀਤਾ। ਸੋ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਦੁਆਰਾ ਪੰਥਕ ਮੁੱਦਿਆਂ ਦੇ ਆਧਾਰ ਦੇ ਉੱਤੇ ਕੀਤੀਆਂ ਗਈਆਂ ਇਸ ਸਰਗਰਮੀਆਂ ਉਹਨਾਂ ਨੂੰ ਕਿੰਨੀਆਂ ਕੁ ਮਾਫਕ ਹੁੰਦੀਆਂ, ਤੇ ਆਉਣ ਵਾਲੇ ਸਮੇਂ 'ਚ ਵੀ ਪਤਾ ਲੱਗੇਗਾ ਕਿ ਇਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਸਿਆਸੀ ਤੌਰ ਦੇ ਉੱਤੇ ਕਿੰਨਾ ਕੁ ਹੋਏਗਾ ਨੁਕਸਾਨ। ਜੀ, ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੀ ਵਟਸਐਪ ਤੁਸੀਂ ਗੱਲ ਕੀਤੀ ਹੈ ਕਿ ਇਸ ਵਕਤ ਤੋਂ ਪਾਰਟੀ ਪੂਰੀ ਬੈਕਫੁੱਟ 'ਤੇ ਹੈ, ਜਿਹੋ ਜਿਹੇ ਪੰਜਾਬ 'ਚ ਹਾਲਾਤ ਨੇ, ਆਪਣੀ ਹੋਂਦ ਬਚਾਉਣ ਦੇ ਚੱਕਰਾਂ ਦੇ ਵਿੱਚ ਉਹ ਲੱਗੀ ਹੋਈ ਹੈ, ਅਤੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਪਾਰਟੀ ਜਿਹੜਾ ਸਾਰਾ ਵਜਨ ਆ ਜਾਂਦਾ ਉਹ ਆ ਜਾਂਦਾ ਪਾਰਟੀ ਪ੍ਰਧਾਨ ਦੇ ਮੋਢਿਆਂ ਦੇ ਉੱਤੇ। ਵੱਡੇ ਬਾਦਲ ਸਾਹਿਬ ਨੂੰ ਤਾਂ ਥੋੜ੍ਹਾ ਜਿਹਾ ਕਿਨਾਰੇ ਰੱਖ ਕੇ ਆਪਾਂ ਦੇਖੀਏ ਤਾਂ ਇਸ ਵਕਤ ਸੁਖਬੀਰ ਸਿੰਘ ਬਾਦਲ ਜਿਹੜਾ ਕਿ ਪਾਰਟੀ ਦਾ ਇੰਜਣ ਹੈ, ਸਾਰਾ ਵਜਨ ਉਹਦੇ ਮੋਢਿਆਂ 'ਤੇ ਹੈ, ਕਿਹੋ ਜਿਹੀ ਰਫ਼ਤਾਰ ਹੈ ਇਸ ਵਕਤ ਉਹਨਾਂ ਦੀ ਸਿਆਸੀ ਤੌਰ 'ਤੇ? ਹਰਕਮਲ ਸਿੰਘ ਜੀ, ਰਫ਼ਤਾਰ ਸਿਆਸੀ ਤੌਰ 'ਤੇ ਸੁਖਬੀਰ ਸਿੰਘ ਬਾਦਲ ਨੇ ਵਧਾਈ ਹੋਈ ਹੈ। ਅਸਲ ਦੇ ਵਿੱਚ ਸੁਖਬੀਰ ਸਿੰਘ ਬਾਦਲ 2015 ਤੋਂ ਬਿਲਕੁਲ ਦੂਸਰੀ ਨੀਤੀ 'ਤੇ ਚੱਲ ਰਿਹਾ। 2015 ਜਦੋਂ ਬੇਅਦਬੀ ਦੀਆਂ ਘਟਨਾਵਾਂ ਘਟੀਆਂ ਸੀ, ਲੋਕਾਂ ਅਕਾਲੀਆਂ ਦਾ ਵਿਰੋਧ ਕਰਨਾ ਸ਼ੁਰੂ ਕੀਤਾ, ਅਕਾਲੀ ਘਰੇ ਬਹਿ ਗਏ ਸੀ ਸਮੇਤ ਸੁਖਬੀਰ ਸਿੰਘ ਬਾਦਲ। ਪਰ ਐਤਕੀ ਜਦੋਂ ਫਿਰ ਕੁਝ ਕੁ ਜਥੇਬੰਦੀਆਂ ਨੇ ਅਕਾਲੀਆਂ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵੱਖਰੇ ਤਰ੍ਹਾਂ ਦਾ ਕੰਮ ਕੀਤਾ। ਉਹ ਕਹਿੰਦੇ ਘਰੇ ਨਹੀਂ ਬਣਾ, ਰੈਲੀਆਂ ਕਰੋ, ਲੋਕਾਂ 'ਚ ਜਾਓ, ਇਸ ਵਿਰੋਧ ਨੂੰ ਪਨਪਣ ਤੋਂ ਵਿਕਸਿਤ ਹੋਣ ਤੋਂ ਪਹਿਲਾਂ ਆਪਾਂ ਦੱਬ ਲਈਏ ਤਾਂ ਚੰਗਾ। ਹੁਣ ਉਹ ਸੁਨੀਲ ਜਾਖੜ ਦੇ ਪਿੰਡ ਪੰਜਕੋਸੀ ਚਲੇ ਗਏ, ਮਲੂਰ 'ਚ ਰੈਲੀ ਕਰਤੀ, ਅਬੋਹਰ 'ਚ ਰੈਲੀ ਕਰਤੀ, ਫਰੀਦਕੋਟ ਦੇ ਵਿੱਚ ਰੈਲੀ ਰੱਖੀ ਹੋਈ ਹੈ, ਇਹਦੇ ਨਾਲ ਨਾਲ ਹੋਰ ਬਹੁਤ ਸਾਰੇ ਥਾਂ ਨੇ ਜਿਹਨਾਂ ਥਾਵਾਂ ਦੇ ਉੱਤੇ ਹੁਣ ਸੁਖਬੀਰ ਸਿੰਘ ਬਾਦਲ ਲਗਾਤਾਰ ਜਾ ਰਹੇ, ਇੱਥੋਂ ਤੱਕ ਕਿ ਤਿਆਰੀ ਮੀਟਿੰਗ ਵੀ ਕਰ ਰਹੇ ਆ। ਨਹੀਂ ਤਾਂ ਸੁਖਬੀਰ ਸਿੰਘ ਬਾਦਲ ਕਦੇ ਤਿਆਰੀ ਮੀਟਿੰਗ ਵੀ ਨਹੀਂ ਕਰਦੇ ਹੁੰਦੇ ਸੀ, ਕੋਈ ਬਹੁਤ ਵੱਡੀ ਸਾਲ ਦੇ ਵਿੱਚ 1-2 ਕਾਨਫਰੰਸਾਂ ਇੱਦਾਂ ਦੀਆਂ ਸੀ ਜਿਹਦੀ ਤਿਆਰੀ ਮੀਟਿੰਗ ਉਹਨਾਂ ਨੂੰ ਕਰਨੀ ਪੈਂਦੀ ਸੀ, ਛੋਟੀਆਂ ਕਾਨਫਰੰਸਾਂ ਦੀ ਕਦੀ ਤਿਆਰੀ ਮੀਟਿੰਗ ਨਹੀਂ ਸੀ ਕੀਤੀ, ਪਰ ਅੱਜ ਕੀ ਕਰ ਰਿਹਾ। ਹੁਣ ਪਹਿਲਾਂ ਆਪਾਂ ਪੰਜਕੋਸੀ ਪਿੰਡ ਦਾ ਜ਼ਿਕਰ ਕਰਕੇ ਅੱਗੇ ਨੂੰ ਤੁਰਦੇ ਹਾਂ। ਦੇਖੋ ਪੰਜਕੋਸੀ ਪਿੰਡ ਇਹ ਜਾਖੜ ਸਾਹਿਬ ਦਾ ਪਿੰਡ ਹੈ। ਜਾਖੜ ਸਾਹਿਬ ਨੇ ਕਿਹਾ ਸੀ ਕਿ ਪੰਜਾਬ ਦੇ ਲੋਕੋ ਅਕਾਲੀਆਂ ਨੂੰ ਪਿੰਡਾਂ ਹੀ ਨਾ ਵੜਨ ਦਿਓ, ਤੇ ਸੁਖਬੀਰ ਸਿੰਘ ਬਾਦਲ ਨੇ ਉੱਥੇ ਜਾ ਕੇ ਕਿਹਾ ਕਿ ਜਾਖੜ ਸਾਹਿਬ ਮੈਂ ਤੁਹਾਡੇ ਪਿੰਡ ਆ ਗਿਆ, ਤੁਸੀਂ ਕਹਿੰਦੇ ਅਸੀਂ ਪੰਜਾਬ ਦੇ ਲੋਕ ਇਹਨਾਂ ਨੂੰ ਪਿੰਡਾਂ ਹੀ ਨਾ ਵੜਨ ਦਿਓ, ਮੈਂ ਤੁਹਾਡੇ ਪਿੰਡ ਬੈਠਾ। ਤੇ ਸੁਖਬੀਰ ਬਾਦਲ ਨੇ ਤਾਂ ਇਹ ਵੀ ਕਹਿਤਾ
ਉਹ ਕਹਿੰਦੇ ਜੀ 6 ਦਿਨ ਪਹਿਲਾਂ ਮੈਂ ਦੱਸਤਾ ਸੀ ਜਾਖਣ ਨੂੰ ਕਿ 19 ਤਰੀਕ ਨੂੰ 9 ਵਜੇ ਤੇਰੇ ਪਿੰਡ ਜਾਣਾ ਤੇ ਪਿਓ ਦਾ ਪੁੱਤ ਉੱਥੇ ਆ ਜੀ। ਉਹ ਕਹਿੰਦੇ ਸੁਖਵੀਰ ਸਿੰਘ ਬਾਦਲ ਹੋਰੀ ਕਹਿੰਦੇ ਆ ਕਿ ਜਾਖੜ ਸਾਹਿਬ ਦੇਖੋ ਇੱਥੇ ਆਏ ਨੇ। ਚਲੋ ਇਹਦੇ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਹੋਰੀ ਮਲੋਟ ਗਏ, ਅਬੋਹਰ ਗਏ, ਉੱਥੇ ਜਾ ਕੇ ਕਹਿੰਦੇ ਸੀ ਕਿ ਅਸੀਂ ਬਲਾਕ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਪ੍ਰਚਾਰ ਦੇ ਲਈ ਰੈਲੀ ਰੱਖੀ ਹੈ, ਪਰ ਆਪਣੇ ਭਾਸ਼ਣ ਦਾ 80% ਸਮਾਂ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਬੇਅਦਬੀ ਵਾਲੇ ਮੁੱਦੇ ਤੇ ਅਕਾਲੀ ਦਲ ਦੇ ਪੱਖ ਤੋਂ ਸਫਾਈ ਦਿੰਦਿਆਂ ਬਤੀਤ ਕਰਤਾ। ਉਹਨਾਂ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਦੀ ਗੱਲ ਤਾਂ ਘੱਟ ਹੀ ਕੀਤੀ, ਗੱਲਾਂ ਬਾਤਾਂ ਦੂਸਰੀਆਂ ਕੀਤੀਆਂ ਜਿਹੜੀਆਂ ਉਹ ਕਰਨਾ ਸੀ। ਹਾਲਾਂਕਿ ਲੋਕਾਂ ਨੇ ਮਹਿਸੂਸ ਕੀਤਾ ਕਿ ਸੁਖਵੀਰ ਸਿੰਘ ਬਾਦਲ ਦੇ ਭਾਸ਼ਣ ਦੇ ਵਿੱਚੋਂ ਗੜਕ ਗਾਇਬ ਸੀ ਪਹਿਲਾਂ ਵਰਗੀ। ਸੁਖਵੀਰ ਸਿੰਘ ਬਾਦਲ ਹੋਰਾਂ ਦੇ ਅੰਗ ਸੰਗ ਰਹਿਣ ਵਾਲੇ ਲੋਕਾਂ ਦਾ ਵਿਵਹਾਰ ਕੁਝ ਹੱਦ ਤੱਕ ਬਦਲਿਆ ਨਜ਼ਰ ਆ ਰਿਹਾ ਸੀ ਉਹਨਾਂ ਦੇ ਪ੍ਰਤੀ। ਇੱਥੇ ਜਿਹੜੇ ਸੁਖਵੀਰ ਸਿੰਘ ਬਾਦਲ ਦੇ ਕੋਲ ਖੜ ਕੇ ਉਹਨਾਂ ਦੇ ਭਾਸ਼ਣ ਦੇ ਵਿਚਾਲੇ ਜਿਹੜੇ ਜਕਾਰੇ ਲਵਾਉਂਦੇ ਹੁੰਦੇ, ਉਹਨਾਂ ਨੂੰ ਵੀ ਵਾਰ ਵਾਰ ਕਹਿਣਾ ਗਿਆ ਵੀ ਜੋਸ਼ ਨੀ, ਸੰਗਤੋਂ ਉੱਚੀ ਜਕਾਰਾ ਲਓ। ਹੁਣ ਜੋਸ਼ ਕਿੱਥੋਂ ਲਿਆਉਣ ਭਾਈ, ਰੌਲਾ ਰੱਪਾ ਹੀ ਬਹੁਤ ਹੈ, ਮਾਮਲੇ ਬੜੇ ਸੰਗੀਨ ਨੇ। ਚਲੋ ਉਹਦੇ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਬੀਤੇ ਕੱਲ ਸ਼ਾਮੀ ਫਰੀਦਕੋਟ ਆਉਣਾ ਸੀ। ਉਹਨਾਂ ਦੇ ਫਰੀਦਕੋਟ ਆਉਣ ਤੋਂ 2 ਘੰਟੇ ਪਹਿਲਾਂ ਪੰਥਕ ਜਥੇਬੰਦੀਆਂ ਦੇ ਨੁਮਾਇੰਦੇ ਭਾਈ ਜਸਕਰਨ ਸਿੰਘ ਕਾਹਨਵਾਲਾ ਦੀ ਅਗਵਾਈ ਦੇ ਵਿੱਚ ਉਹਨਾਂ ਦਾ ਵਿਰੋਧ ਕਰਨ ਦੇ ਲਈ ਸੜਕ ਦੇ ਉੱਤੇ ਆ ਖੜੇ ਹੋਏ। ਕਾਲੀਆਂ ਝੰਡੀਆਂ ਉਹਨਾਂ ਨੇ ਫੜੀਆਂ। ਇਹਦੇ ਤੋਂ ਪਹਿਲਾਂ ਕਿ ਸੁਖਵੀਰ ਸਿੰਘ ਬਾਦਲ ਸਾਹਿਬ ਆਉਂਦੇ, ਉੱਥੇ ਇੱਕ ਅਕਾਲੀਆਂ ਦਾ ਹੋਰ ਸਮਰਥਕ ਆ ਗਿਆ, ਉਹਨਾਂ ਕੋਲ ਗੱਲਬਾਤ ਹੋ ਗਈ, ਉਹਦਾ ਕਟਾਪਾ ਚਾੜਤਾ। ਇਹਦੇ ਨਾਲ ਨਾਲ ਪਰਮਬੰਸ ਸਿੰਘ ਬੰਟੀ ਰਵਾਣਾ, ਉਹ ਅਕਾਲੀ ਦਲ ਦੇ ਬੜੇ ਵੱਡੇ ਲੀਡਰ ਨੇ, ਤੇ ਬੰਟੀ ਰਵਾਣਾ ਹੋਰੀ ਉਹ 300-400 ਦੇ ਕਰੀਬ ਅਕਾਲੀ ਦਲ ਦਾ ਵਰਕਰ ਲੈ ਕੇ ਉਸ ਥਾਂ ਦੇ ਉੱਤੇ ਆ ਗਟੇ ਜਿੱਥੇ ਪੰਥਕ ਜਥੇਬੰਦੀਆਂ ਵਿਰੋਧ ਕਰਨ ਲਈ ਖੜੀਆਂ ਸੀ। ਉੱਥੇ ਟਕਰਾਅ ਹੁੰਦਾ ਬਚਿਆ। ਹਾਲਾਂਕਿ ਤਲਵਾਰਾਂ ਦੋਵਾਂ ਧਿਰਾਂ ਨੇ ਸੂਤ ਲਈਆਂ ਸੀ, ਪਰ ਤਲਵਾਰਾਂ ਸੂਤੇ ਜਾਣ ਦੇ ਬਾਵਜੂਦ ਸਿਰਫ ਇੱਕ ਬੰਦਾ ਜ਼ਖਮੀ ਹੋਇਆ, ਬਾਕੀ ਸਾਰਾ ਕੁਝ ਸੁੱਖੀ ਸਾਂਦੀ ਜਿਹੜਾ ਨਿਬੜ ਗਿਆ। ਜਦੋਂ ਸੁਖਵੀਰ ਸਿੰਘ ਬਾਦਲ ਹੋਰੀ ਆਏ, ਕਾਲੀਆਂ ਝੰਡੀਆਂ ਉਹਨਾਂ ਨੂੰ ਵਿਖਾਈਆਂ ਗਈਆਂ, ਅਕਾਲੀਆਂ ਨੇ ਕਹਿਤਾ ਕਿ ਆਖਰੀ ਵਾਰੀ ਸੀ, ਜੇ ਭਵਿੱਖ ਦੇ ਵਿੱਚ ਸਾਡੇ ਕਿਸੇ ਪ੍ਰੋਗਰਾਮ 'ਚ ਖਲਲ ਪਾਉਣ ਦਾ ਇਹਨਾਂ ਨੇ ਯਤਨ ਕੀਤਾ ਤੇ ਸਾਨੂੰ ਵੀ ਸਾਰਾ ਕੁਝ ਕਰਨਾ ਆਉਂਦਾ ਜੋ ਕਰਨਾ ਚਾਹੁੰਦੇ ਆ। ਤੇ ਦੂਸਰੇ ਪਾਸੇ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਕਹਿਤਾ ਕਿ ਅਕਾਲੀ ਦਲ ਸੱਚ ਦਾ ਸਾਹਮਣਾ ਕਰਨ ਤੋਂ ਮੁਨਕਰ ਹੋ ਰਿਹਾ, ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਸੱਚ ਦੇ ਨੇੜੇ ਆਉਣਾ ਬਹੁਤ ਔਖਾ ਲੱਗਦਾ, ਇਸ ਕਰਕੇ ਆਪਣੇ ਬੰਦੇ ਲੈ ਕੇ ਸਾਨੂੰ ਕਿਤੇ ਨਾ ਕਿਤੇ ਦਬਾਉਣ ਦਾ ਯਤਨ ਕੀਤਾ ਜਾ ਰਿਹਾ। ਦੂਸਰੇ ਪਾਸੇ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਇੱਕ ਪ੍ਰੈਸ ਨੋਟ ਜਾਰੀ ਕੀਤਾ, ਉਹ ਕਹਿੰਦੇ ਦੇਖੋ ਭਾਈ ਦਲਜੀਤ ਸਿੰਘ ਦਾਦੂਵਾਲ ਤੇ ਭਾਈ ਧਿਆਨ ਸਿੰਘ ਮੰਡ ISI ਦੇ ਏਜੰਟ ਨੇ ਤੇ ਕੈਪਟਨ ਅਮਰਿੰਦਰ ਸਿੰਘ ਇਹਨਾਂ ਦੋਵਾਂ ISI ਦੇ ਏਜੰਟਾਂ ਨੂੰ ਉਤਸ਼ਾਹ ਦੇ ਕੇ ਪੰਜਾਬ ਦੇ ਸ਼ਾਂਤ ਸਮਾਜਿਕ ਤੇ ਸਿਆਸੀ ਪਾਣੀਆਂ ਨੂੰ ਅੱਗ ਲਾਉਣਾ ਚਾਹੁੰਦੇ ਆ। ਦੂਸਰੀ ਗੱਲ ਉਹਨਾਂ ਨੇ ਇਹ ਕਰਤੀ, ਉਹ ਕਹਿੰਦੇ ਕਿ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਉੱਤੇ ਜਿੰਨੇ ਦੋਸ਼ ਲੱਗ ਰਹੇ ਸਾਰੇ ਹੀ ਝੂਠੇ ਆ। ਸਾਰੇ ਕਿਵੇਂ ਝੂਠੇ ਆ? ਉਹ ਕਹਿੰਦੇ ਇਸ ਕਰਕੇ ਮੈਂ ਕਹਿੰਦਾ ਸਾਰੇ ਝੂਠੇ ਆ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਅੱਜ ਤੱਕ ਇੱਕ ਕੀੜੀ ਨਹੀਂ ਮਾਰੀ ਕਿ ਉਹ ਏਡਾ ਵੱਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਲਾ ਕਾਂਡ ਕਰਨ ਤੋਂ ਬਾਅਦ ਗੋਲੀ ਚਲਾਉਣ ਦਾ ਹੁਕਮ ਕਰਾਉਣ ਤੋਂ ਬਾਅਦ ਗੋਲੀ ਚਲਾਉਣ ਦਾ ਹੁਕਮ ਕਿਵੇਂ ਦੇ ਸਕਦੇ ਆ? ਤੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਗਈ, ਪਤਾ ਨਹੀਂ ਕਿਹਨੇ ਕੀਤੀ, ਪਰ ਉਹਦੇ ਤੋਂ ਬਾਅਦ ਐਜ਼ ਏ ਮੁੱਖ ਮੰਤਰੀ ਕਹਿੰਦੇ ਉਹਨਾਂ ਨੇ ਗੋਲੀ ਚਲਾਉਣ ਦਾ ਹੁਕਮ ਕਦੇ ਨਹੀਂ ਸੀ ਦੇਣਾ। ਇਹ ਸਾਰਾ ਕੁਝ ਸ਼੍ਰੋਮਣੀ ਅਕਾਲੀ ਦਲ ਨੂੰ ਤੇ ਬਾਦਲ ਪਰਿਵਾਰ ਨੂੰ ਸਿਆਸੀ ਤੌਰ ਤੇ ਬਦਨਾਮ ਕਰਨ ਦੇ ਯਤਨਾਂ ਦੇ ਸਿੱਟੇ ਵਜੋਂ ਹੈ। ਇਹਦੇ ਤੋਂ ਇਲਾਵਾ ਹੁਣ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਵੀ ਕਹਿਤਾ, ਉਹ ਕਹਿੰਦੇ 15 ਤਰੀਕ ਨੂੰ ਅਸੀਂ ਰੈਲੀ ਰੱਖੀ ਫਰੀਦਕੋਟ। ਇਹਦੇ ਤੋਂ ਇਲਾਵਾ 9 ਤਰੀਕ ਨੂੰ ਜਾਖੜ ਸਾਹਿਬ ਨੂੰ ਉਹਨਾਂ ਨੇ ਕਿਹਾ ਕਿ ਅਸੀਂ ਰੱਖੀ ਰੈਲੀ ਅਬੋਹਰ ਤੁਹਾਡੇ ਹਲਕੇ 'ਚ, ਜਾਖੜ ਸਾਹਿਬ ਜੀ ਅਜੇ ਵੀ ਸ਼ਕਤੀ ਪ੍ਰਦਰਸ਼ਨ ਕਰਨਾ ਤਾਂ ਸਾਡੇ ਬਰਾਬਰ ਇੱਕ ਹੱਥ ਰੱਖ ਕੇ ਦਿਖਾਓ। ਸੋ ਵੇਖਦੇ ਹਾਂ ਕਿ ਸੁਖਵੀਰ ਸਿੰਘ ਬਾਦਲ ਹੋਰਾਂ ਦਾ ਲਗਾਤਾਰ ਪੰਜਾਬ 'ਚ ਸਿਆਸੀ ਤੌਰ 'ਤੇ ਸਰਗਰਮ ਹੋਣਾ ਆਖਿਰਕਾਰ ਹੋਰ ਕਿਹੜੇ ਕਿਹੜੇ ਰੰਗ ਪੰਜਾਬ ਦੇ ਲੋਕਾਂ ਨੂੰ ਵਿਖਾਏਗਾ। ਜੀ ਉੱਧਰ ਭਾਜਪਾ ਦੀ ਗੱਲ ਕਰ ਲਈਏ ਬਾਰ ਸਾਹਿਬ, ਭਾਜਪਾ ਦੀ ਖਬਰ ਹੈ ਕਿ ਉਹਨਾਂ ਨੇ ਆਪਣਾ ਫੋਕਸ ਜਿਹੜਾ ਦੱਖਣੀ ਭਾਰਤ ਵੱਲ ਕੀਤਾ ਹੋਇਆ, ਕੀ ਕਾਰਨ? ਹਰਕਮਲ ਸਿੰਘ ਜੀ ਨੂੰ ਆਪਾਂ ਪੰਜਾਬੀ ਦੇ ਵਿੱਚ ਮਜਬੂਰੀ ਤੇ ਜ਼ਰੂਰੀ ਦੋਵੇਂ ਚੀਜ਼ਾਂ ਆਖ ਸਕਦੇ ਹਾਂ। ਹੁਣ ਭਾਰਤੀ ਜਨਤਾ ਪਾਰਟੀ ਨੂੰ ਪਤਾ ਮਹੀਨੇ 6-7 ਰਹਿ ਗਏ ਲੋਕ ਸਭਾ ਦੀਆਂ ਚੋਣਾਂ ਆਉਣੀਆਂ, ਮੋਦੀ ਸਾਹਿਬ ਦੀ ਦਿਲੀ ਇੱਛਾ ਮੈਂ ਇੱਕ ਵਾਰੀ ਫਿਰ ਭਾਰਤ ਦਾ ਪ੍ਰਧਾਨ ਮੰਤਰੀ ਬਣਾ। ਪ੍ਰਧਾਨ ਮੰਤਰੀ ਬਣਨ ਦੇ ਲਈ ਲੋਕ ਸਭਾ ਦੇ ਵਿੱਚ ਮੈਂਬਰ ਚਾਹੀਦੇ, ਲੋਕ ਸਭਾ ਦੇ ਵਿੱਚ ਮੈਂਬਰ ਲਿਆਉਣ ਦੇ ਲਈ ਚੋਣਾਂ ਜਿੱਤਣੀਆਂ ਪੈਣਗੀਆਂ ਤੇ ਚੋਣਾਂ ਜਿੱਤਣ ਦੇ ਲਈ ਰਣਨੀਤੀ ਤਿਆਰ ਕਰਨੀ ਪੈਣੀ। ਹੁਣ ਹੋਇਆ ਕੀ, ਭਾਰਤੀ ਜਨਤਾ ਪਾਰਟੀ ਕੰਧ ਦੇ ਉੱਤੇ ਲਿਖੇ ਹੋਏ ਸੱਚ ਨੂੰ ਸਮਝ ਗਈ ਕਿ ਐਸੀ ਲੋਕ ਸਭਾ ਦੀਆਂ ਚੋਣਾਂ ਪਹਿਲਾਂ ਜਿੰਨੀਆਂ ਉਹਨਾਂ ਲਈ ਆਸਾਨ ਨਹੀਂ ਹੋਈਆਂ। ਅੱਜ ਤੱਕ ਭਾਰਤੀ ਜਨਤਾ ਪਾਰਟੀ ਦੀ ਤਾਕਤ ਮੰਨਿਆ ਜਾਂਦਾ ਸੀ ਭਾਰਤ ਦਾ ਮੱਧ ਇਲਾਕਾ ਤੇ ਉੱਤਰ ਦਾ ਇਲਾਕਾ, ਪਰ ਇੱਥੇ ਭਾਰਤੀ ਜਨਤਾ ਪਾਰਟੀ ਨੂੰ ਉਹਨਾਂ ਇਲਾਕਿਆਂ ਦੇ ਵਿੱਚੋਂ ਘਾਟਾ ਪੈਣ ਦੀ ਪੂਰੀ ਪੂਰੀ ਸੰਭਾਵਨਾ ਹੈ। ਹੁਣ ਭਾਰਤੀ ਜਨਤਾ ਪਾਰਟੀ ਨੂੰ ਯੂਪੀ 'ਚ ਬਹੁਤ ਸੀਟਾਂ ਮਿਲੀਆਂ ਸੀ, 80 ਦੇ ਵਿੱਚ 73 SCO ਨਹੀਂ ਮਿਲਣੀਆਂ ਪੂਰੀਆਂ,
ਰਾਜਸਥਾਨ ਸਾਰੇ ਜਿੱਤ ਲਿਆ ਸੀ, ਐਤਕੀ ਅੱਧੀਆਂ ਵੀ ਨਹੀਂ ਮਿਲਣੀਆਂ। ਗੁਜਰਾਤ ਸਾਰੇ ਜਿੱਤ ਲਿਆ ਸੀ, ਉਹਦੇ ਵਿੱਚੋਂ ਵੀ ਬਹੁਤ ਸਾਰੀਆਂ ਸੀਟਾਂ ਦਾ ਘਾਟਾ। ਮੱਧ ਪ੍ਰਦੇਸ਼, ਦਿੱਲੀ, ਹਿਮਾਚਲ ਪ੍ਰਦੇਸ਼, ਇਹਨਾਂ ਤਿੰਨ ਥਾਵਾਂ ਤੇ ਸੀਟਾਂ ਭਾਵੇਂ ਬਹੁਤੀਆਂ ਤੇ ਭਾਵੇਂ ਥੋੜੀਆਂ, ਪਰ ਉਹਦਾ ਖਮਿਆਜ਼ਾ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਭੁਗਤਣਾ ਪਏਗਾ। ਹੁਣ ਭਾਰਤੀ ਜਨਤਾ ਪਾਰਟੀ ਦੇ ਮਨ ਚ ਕੀ ਹੈ ਜੀ, ਕਿ ਗੱਲ ਅੱਗੇ ਨੂੰ ਕਿਵੇਂ ਤੁਰਨੀ ਹੈ, ਸਾਰਾ ਕੁਝ ਦਰੁਸਤ ਕਿਵੇਂ ਕਰਨਾ ਹੈ। ਉਹਨਾਂ ਨੇ ਉੱਤਰ ਤੇ ਮੱਧ ਭਾਰਤ ਦੇ ਵਿੱਚੋਂ ਜਿਹੜਾ ਸਿਆਸੀ ਤੌਰ ਤੇ ਘਾਟਾ ਪਾਰਟੀ ਨੂੰ ਪੈਣਾ ਹੈ, ਉਸ ਘਾਟੇ ਨੂੰ ਪਰੇ ਕਰਨ ਦੇ ਲਈ ਦੱਖਣੀ ਭਾਰਤ ਦੇ ਕੁਝ ਇੱਕ ਇਲਾਕਿਆਂ ਦੇ ਉੱਤੇ ਬੀਜੇਪੀ ਨੇ ਆਪਣਾ ਧਿਆਨ ਕੇਂਦਰਿਤ ਕਰ ਲਿਆ ਕਿ ਭਾਈ ਉਧਰੋਂ ਨਹੀਂ ਤੇ ਆਪਾਂ ਕੰਮ ਕਰ ਇੱਧਰਲੇ ਪਾਸਿਆਂ ਚਲਾ ਦੇਣਾ। ਦੇਖੋ, ਦੱਖਣੀ ਭਾਰਤ ਚ ਭਾਰਤੀ ਜਨਤਾ ਪਾਰਟੀ ਨੂੰ ਸਿਆਸੀ ਤੌਰ ਤੇ ਕਰਨਾਟਕ ਤੋਂ ਬਿਨਾਂ ਕੋਈ ਪੁੱਛਦਾ ਨਹੀਂ। ਹੁਣ ਇਹਨਾਂ ਨੇ ਕੀਤਾ ਕਿ ਉੱਥੇ ਕੁਝ ਇੱਕ ਜਿਹੜੇ ਟੀਵੀ ਕਲਾਕਾਰ ਨੇ, ਫਿਲਮੀ ਕਲਾਕਾਰ ਨੇ, ਉਹਨਾਂ ਨਾਲ ਸੰਪਰਕ ਕੀਤਾ, ਮਹੰਤਾਂ ਨਾਲ ਸੰਪਰਕ ਕੀਤਾ, ਛੋਟੀਆਂ ਸਿਆਸੀ ਪਾਰਟੀਆਂ ਦੇ ਨਾਲ ਗੱਠਜੋੜ ਕਰਨ ਦਾ ਯਤਨ ਭਾਰਤੀ ਜਨਤਾ ਪਾਰਟੀ ਲਗਾਤਾਰ ਕਰ ਰਹੀ ਹੈ। ਹੁਣ ਪਿਛਲੇ ਦਿਨੀ ਮਲਿਆਲਮ ਫਿਲਮਾਂ ਦਾ ਇੱਕ ਬਹੁਤ ਵੱਡਾ ਕਲਾਕਾਰ ਹੈ ਮੋਹਨ ਲਾਲ, ਉਹਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨਾਲ ਮੁਲਾਕਾਤ ਹੋਈ ਤੇ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਉਹਨਾਂ ਦੀ ਮੁਲਾਕਾਤ ਦਾ ਸਿੱਧਾ ਸਿੱਧਾ ਅਰਥ ਇਹ ਹੈ ਕਿ ਬੜੀ ਛੇਤੀ ਉਹ ਭਾਰਤੀ ਜਨਤਾ ਪਾਰਟੀ ਨੂੰ ਸੇਵਾਵਾਂ ਦੇ ਸਕਦੇ ਆ। ਇਹਦੇ ਤੋਂ ਬਾਅਦ ਇੱਕ ਹੋਰ ਸਵਾਮੀ ਪਰਿਪੂਰਨਾਨੰਦ ਨੇ, ਉਹਨਾਂ ਦੀ ਆਦਿਵਾਸੀਆਂ ਦੇ ਵਿੱਚ ਅੱਛੀ ਖਾਸੀ ਪੈਠ ਹੈ, ਵੋਟਾਂ ਚਾਰ ਉਧਰਲੇ ਪਾਸਿਓਂ ਨਿਕਲ ਸਕਦੀਆਂ, ਇਸ ਕਰਕੇ ਸਵਾਮੀ ਪਰਿਪੂਰਨਾਨੰਦ ਜਿਹੜੇ ਨੇ ਉਹਨਾਂ ਨੂੰ ਵੀ ਭਾਰਤੀ ਜਨਤਾ ਪਾਰਟੀ ਦੀ ਟਿਕਟ ਦੇ ਉੱਤੇ ਚੋਣ ਲੜਾਉਣ ਦੀ ਜਿਹੜੀ ਉਹ ਤਿਆਰੀ ਕੀਤੀ ਜਾ ਰਹੀ ਹੈ। ਹੁਣ ਤੇਲੰਗਾਨਾ ਚ TRS ਦੇ ਨਾਲ ਭਾਰਤੀ ਜਨਤਾ ਪਾਰਟੀ ਨੇ ਗੱਠਜੋੜ ਕਰਨ ਦਾ ਮਨ ਬਣਾਇਆ ਤੇ ਉਹਨਾਂ ਦੇ ਨਾਲ ਲਗਾਤਾਰ ਉਹ ਗੱਲਬਾਤ ਚਲਾਈ ਜਾਂਦੀ ਹੈ। ਆਂਧਰਾ ਪ੍ਰਦੇਸ਼ ਦੇ ਵਿੱਚ ਜੇ ਤੇਲਗੂ ਦੇਸਮ ਪਾਰਟੀ ਨੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਛੱਡਿਆ ਸੀ ਤਾਂ ਇਹਨਾਂ ਨੇ YSR ਕਾਂਗਰਸ ਨਾਲ ਹੱਥ ਮਿਲਾਉਣਾ ਸ਼ੁਰੂ ਕਰ ਦਿੱਤਾ। ਤਾਮਿਲਨਾਡੂ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਬਿਲਕੁਲ ਫੂਕ ਫੂਕ ਕੇ ਕਦਮ ਰੱਖ ਰਹੀ ਹੈ ਤੇ ਤਾਮਿਲਨਾਡੂ ਚ ਉਹਨਾਂ ਨੇ DMK ਤੇ ANNA DMK ਦੇ ਨਾਲ ਬਿਲਕੁਲ ਬਰਾਬਰ ਦੀਆਂ ਦੂਰੀਆਂ ਬਣਾ ਕੇ ਰੱਖੀਆਂ ਹੋਈਆਂ ਨੇ ਕਿ ਭਾਈ ਜੇ ਬਰਾਬਰ ਦੀਆਂ ਦੂਰੀਆਂ ਬਣਾ ਕੇ ਰੱਖਾਂਗੇ, ਜੇ ਇਲੈਕਸ਼ਨ ਤੋਂ ਪਹਿਲਾਂ ਕੋਈ ਗੱਠਜੋੜ ਨਾ ਵੀ ਹੋਇਆ ਤੇ ਜਿਹੜੀ ਪਾਰਟੀ ਵੱਧ ਸੀਟਾਂ ਜਿੱਤ ਜੂ ਉਹਨੂੰ ਆਪਾਂ ਆਪਣੇ ਗੱਠਜੋੜ ਦੇ ਵਿੱਚ ਸ਼ਾਮਿਲ ਕਰਨ ਦਾ ਯਤਨ ਜਿਹੜਾ ਉਹ ਕਰ ਲਾਂਗੇ। ਹੁਣ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰੀ ਪ੍ਰਕਿਰਿਆ ਕਿੱਧਰਲੇ ਪਾਸੇ ਨੂੰ ਜਾਂਦੀ ਹੈ, ਪਰ ਇੰਨੀ ਗੱਲ ਪੱਕੀ ਹੈ ਕਿ ਜੇ ਭਾਰਤੀ ਜਨਤਾ ਪਾਰਟੀ ਦੱਖਣੀ ਭਾਰਤ ਦੇ ਵਿੱਚੋਂ 20-25 ਸੀਟਾਂ ਵੀ ਪਿਛਲੀ ਵਾਰ ਦੇ ਮੁਕਾਬਲੇ ਵੱਧ ਲੈ ਗਈ ਤਾਂ ਇਹ ਭਾਰਤੀ ਜਨਤਾ ਪਾਰਟੀ ਦੇ ਲਈ ਇੱਕ ਬਹੁਤ ਵੱਡਾ ਲਾਭ ਹੋਏਗਾ, ਕਿਉਂਕਿ ਉੱਤਰ ਤੇ ਮੱਧ ਭਾਰਤ ਦੇ ਵਿੱਚੋਂ ਸਿਆਣੇ ਲੋਕ ਜਿਹੜੇ ਸਿਆਸੀ ਤੌਰ ਦੇ ਉੱਤੇ ਸਮਝ ਰੱਖਦੇ ਆ ਉਹ ਕਹਿੰਦੇ ਆ ਕਿ ਬੀਜੇਪੀ ਨੂੰ ਘੱਟੋ ਘੱਟ 40 ਤੇ ਵੱਧ ਤੋਂ ਵੱਧ 70-75 ਸੀਟਾਂ ਦਾ ਨੁਕਸਾਨ ਮੱਧ ਤੇ ਉੱਤਰ ਭਾਰਤ ਦੇ ਵਿੱਚ ਹੋ ਜਾਣਾ। ਉਸ ਨੁਕਸਾਨ ਦੀ ਭਰਪਾਈ ਕੀ ਦੱਖਣੀ ਭਾਰਤ ਦੇ ਵਿੱਚ ਹੋ ਸਕੇਗੀ ਕਿ ਨਹੀਂ, ਇਸ ਗੱਲ ਦਾ ਨਿਰਣਾ ਆਉਣ ਵਾਲੇ 5-6 ਮਹੀਨਿਆਂ ਦੇ ਵਿੱਚ ਹੋਣਾ ਹੈ ਜੀ। ਅਗਲੀ ਖਬਰ ਹੈ ਬਾਣ ਸਾਹਿਬ ਕਿ ਪੰਜਾਬ ਦੀਆਂ ਜਿਹੜੀਆਂ ਲਾਇਬ੍ਰੇਰੀਆਂ ਨੇ ਉਹ ਬੰਦ ਹੋਣ ਕਿਨਾਰੇ ਪੁੱਜ ਗਈਆਂ ਨੇ, ਕੀ ਇਹਦਾ ਮੇਨ ਕਾਰਨ ਮੰਨੀ ਆਪਾਂ? ਸਟੂਡੈਂਟ ਪੜ੍ਹਨਾ ਨਹੀਂ ਚਾਹੁੰਦੇ, ਮੋਬਾਈਲਾਂ 'ਚ ਬਿਜੀ ਨੇ, ਜਾਂ ਸਰਕਾਰਾਂ ਫੇਲ ਹੋ ਗਈਆਂ ਲਾਇਬ੍ਰੇਰੀ ਚਲਾਉਣ ਦੇ ਵਿੱਚ, ਜਾਂ ਕੋਈ ਹੋਰ ਠੋਸ ਕਾਰਨ ਹੈ, ਕਿਵੇਂ ਲੱਗਦਾ ਤੁਹਾਨੂੰ? ਹਰਕਮਲ ਸਿੰਘ ਜੀ, ਸਾਰੇ ਕਾਰਨ ਬਰਾਬਰ ਦੇ ਹਿੱਸੇਦਾਰ ਨੇ, ਇਹਦੇ ਵਿੱਚ ਕੋਈ ਇੱਕ ਬੰਦਾ, ਇੱਕ ਸਰਕਾਰ, ਇਕੱਲਾ ਢਾਂਚਾ ਜਾਂ ਇਕੱਲਾ ਆਮ ਆਦਮੀ ਦੋਸ਼ੀ ਨਹੀਂ, ਸਾਰਿਆਂ ਨੇ ਕੁਝ ਨਾ ਕੋਈ ਯੋਗਦਾਨ ਪਾਇਆ। ਦੇਖੋ, ਆਪਣੇ ਦੇਖਿਆ ਆਪਾਂ ਕਈ ਵਾਰ ਕਿ ਪੰਜਾਬ ਦੇ ਵਿੱਚ ਜਦੋਂ ਨਵਾਂ ਘਰ ਬਣਾਇਆ ਜਾਂਦਾ 3-3 ਮੰਜ਼ਿਲਾ ਘਰ ਹੁੰਦਾ, ਪਰ 3 ਮੰਜ਼ਿਲੇ ਘਰ ਦੇ ਵਿੱਚ ਵੀ ਸਾਡੇ ਕੋਲ 10-12 ਕਮਰਿਆਂ ਦੇ ਵਿੱਚ ਇੱਕ 10 ਕਿਤਾਬਾਂ ਰੱਖਣ ਜੋਗਾ ਰੈਕ ਤੱਕ ਨਹੀਂ ਹੁੰਦਾ, ਤੇ ਜੇ ਅਸੀਂ ਆਪਣੇ ਘਰਾਂ ਦੇ ਵਿੱਚ ਕਿਤਾਬ ਨਹੀਂ ਰੱਖਦੇ ਤਾਂ ਫਿਰ ਸਾਡੇ ਬੱਚਿਆਂ ਨੂੰ ਆਦਤ ਕਿੱਥੋਂ ਪਏਗੀ? ਜੇ ਅਸੀਂ ਇਕੱਲਾ ਸਰਕਾਰਾਂ ਦੇ ਉੱਤੇ ਦੋਸ਼ ਲਾਈ ਜਾਈਏ ਜੀ ਸਰਕਾਰਾਂ ਐਂ ਨਹੀਂ ਕਰਦੀਆਂ, ਸਰਕਾਰਾਂ ਔ ਨਹੀਂ ਕਰਦੀਆਂ, ਸਰਕਾਰਾਂ ਜੇ ਐਂ ਕਰਦੀਆਂ ਤਾਂ ਵਧੀਆ ਹੋ ਜਾਂਦਾ, ਅਸੀਂ ਕੀ ਐਂ ਕਰਦੇ ਹਾਂ? ਅਸੀਂ ਅਜੇ ਤੱਕ ਕਿਤਾਬ ਨੂੰ ਤੋਹਫੇ ਦੇ ਰੂਪ ਦੇ ਵਿੱਚ ਦੇਣ ਵਾਲੀ ਇੱਕ ਵਸਤੂ ਸਮਝਿਆ ਹੀ ਨਹੀਂ। ਅਸੀਂ ਜੇ ਕੋਈ ਸੁਜੈਸਟ ਕਰ ਦਈਏ ਕਿਸੇ ਨੂੰ ਕਿ ਭਾਈ ਜਨਮ ਦਿਨ ਹੋਵੇ, ਕੁਝ ਹੋਰ ਹੋਵੇ, ਕਿਤਾਬਾਂ ਦਾ ਸੈੱਟ ਦਿਆ ਕਰੋ, ਅਗਲਾ ਕਹਿੰਦਾ ਲੈ ਕਿਤਾਬਾਂ ਦੇਣੀਆਂ, ਮੁਰਲਾ ਬੰਦਾ ਕੀ ਆਖੂ? ਇਹਦਾ ਮਤਲਬ ਹੈ ਕਿ ਬੇਲੋੜੀ ਚੀਜ਼ ਲੱਗਦੀ ਹੈ ਸਾਨੂੰ, ਇਹਦਾ ਤੋਹਫਾ ਨਹੀਂ ਦਿੱਤਾ ਜਾ ਸਕਦਾ। ਇਹ ਪੰਜਾਬੀਆਂ ਨੇ ਕਿਤਾਬ ਨੂੰ ਕਿੰਨਾ ਹੇਠਾਂ ਲਿਆ ਕੇ ਸੁੱਟ ਦਿੱਤਾ। ਹੁਣ ਇਹ ਵੀ ਗੱਲ ਆਪਣੇ ਆਪ 'ਚ ਮਹੱਤਵਪੂਰਨ ਹੈ ਕਿ ਜੇ ਅਸੀਂ ਘਰਾਂ ਦੇ ਵਿੱਚ ਕਿਤਾਬਾਂ ਨਹੀਂ ਰੱਖੀਆਂ, ਸਾਡੇ ਬੱਚਿਆਂ ਦਾ ਸ਼ਬਦ ਦੇ ਨਾਲੋਂ, ਸਾਡੇ ਬੱਚਿਆਂ ਦਾ ਪੁਸਤਕ ਸੱਭਿਆਚਾਰ ਦੇ ਨਾਲੋਂ ਜੇ ਨਾਤਾ ਟੁੱਟ ਰਿਹਾ, ਤਾਂ ਦੂਜੇ ਪਾਸੇ ਸਰਕਾਰਾਂ ਵੀ ਇਸ ਸਾਰੀ ਪ੍ਰਕਿਰਿਆ ਦੇ ਵਿੱਚ ਘੱਟ ਜ਼ਿੰਮੇਵਾਰ ਨਹੀਂ। ਪੰਜਾਬ ਦੇ ਵਿੱਚ 2 ਤਰ੍ਹਾਂ ਦੀਆਂ ਲਾਇਬ੍ਰੇਰੀਆਂ ਜਿਹੜੀਆਂ ਖਾਸਮ ਖਾਸ ਨੇ, ਇੱਕ ਤਾਂ ਕਾਲਜਾਂ ਦੇ ਵਿੱਚ ਖੁੱਲੀਆਂ ਹਜ਼ਾਰਾਂ ਕਿਤਾਬਾਂ, ਦੂਸਰਾ ਜ਼ਿਲ੍ਹਾ ਪੱਧਰ ਦੇ ਉੱਤੇ ਪੰਜਾਬ ਦੀਆਂ ਸਰਕਾਰਾਂ ਨੇ ਲਾਇਬ੍ਰੇਰੀਆਂ ਖੋਲੀਆਂ ਜਿਨ੍ਹਾਂ ਨੂੰ ਡਿਸਟ੍ਰਿਕਟ ਪਬਲਿਕ ਲਾਇਬ੍ਰੇਰੀ ਆਖਦੇ ਆ। ਹੁਣ ਦੋਵੇਂ ਤਰ੍ਹਾਂ ਦੀਆਂ ਲਾਇਬ੍ਰੇਰੀਆਂ ਬਿਲਕੁਲ ਬੰਦ ਹੋਣ ਦੇ ਕੰਢੇ ਤੇ ਨੇ, ਪੱਲੇ ਉਹਨਾਂ ਦੇ ਕੱਖ ਨਹੀਂ। ਕਾਰਨ ਕੀ? ਇਸ ਵੇਲੇ ਪੰਜਾਬ ਦੇ ਕਾਲਜ ਕਾਡਰ ਦੇ ਜਿਹੜੇ ਲਾਇਬ੍ਰੇਰੀਅਨ ਨੇ, ਉਹਨਾਂ ਦੀਆਂ ਪੰਜਾਬ ਦੀ ਸਰਕਾਰ ਨੇ 96 ਅਸਾਮੀਆਂ ਮਨਜ਼ੂਰ ਕੀਤੀਆਂ, ਕੰਮ ਕਿੰਨੇ ਕਰਦੇ ਆ? 20। 76 ਅਸਾਮੀਆਂ
ਜੇ ਇਸ ਸੂਬੇ ਦੇ ਵਿੱਚ ਲਾਇਬ੍ਰੇਰੀਅਨ ਦੀਆਂ ਖਾਲੀ ਹੋਣਗੀਆਂ, ਉਸ ਸੂਬੇ ਨੇ ਤਰੱਕੀ ਕਿੱਥੋਂ ਕਰ ਜਾਣੀ ਹੈ। ਇਹਦੇ ਨਾਲ ਨਾਲ ਲਾਇਬ੍ਰੇਰੀ ਰਿਸਟੋਰਰ, ਉਹ ਲਾਇਬ੍ਰੇਰੀ ਰਿਸਟੋਰਰ ਦੀਆਂ ਅਸਾਮੀਆਂ ਜਿਹੜੀਆਂ ਨੇ ਉਹ ਕੁੱਲ 72 ਨੇ, 47 ਉਹਦੇ ਵਿੱਚੋਂ ਖਾਲੀ ਪਈਆਂ। ਅਸੀਂ ਕਿਵੇਂ ਪੰਜਾਬ ਦੇ ਲੋਕਾਂ ਨੂੰ, ਜਵਾਕਾਂ ਨੂੰ, ਵਿਦਿਆਰਥੀਆਂ ਨੂੰ, ਜਵਾਨਾਂ ਨੂੰ ਇਹ ਆਖ ਸਕਦੇ ਹਾਂ ਕਿ ਭਾਈ ਤੁਸੀਂ ਕਿਤਾਬਾਂ ਨਾਲ ਜੁੜੋ, ਤੁਸੀਂ ਪੁਸਤਕ ਸੱਭਿਆਚਾਰ ਦੇ ਨਾਲ ਜੁੜੋ? ਹਾਲਾਂਕਿ ਮੈਨੂੰ ਯਾਦ ਹੈ ਇੱਕ ਵਾਰੀ ਇੱਕ ਪੰਜਾਬ ਦੀ ਸਰਕਾਰ ਨੇ ਨਾ ਪੰਜਾਬ ਪਬਲਿਕ ਲਾਇਬ੍ਰੇਰੀ ਐਕਟ ਲਿਆਉਣ ਦਾ ਯਤਨ ਕੀਤਾ ਸੀ ਕਿ ਅਸੀਂ ਪੰਜਾਬ 'ਚ ਥਾਂ ਥਾਂ ਦੇ ਉੱਤੇ ਲਾਇਬ੍ਰੇਰੀਆਂ ਖੋਲ੍ਹ ਦਿਆਂਗੇ। ਅੱਜ ਤੱਕ ਮੁੜ ਕੇ ਲੱਭਾ ਹੀ ਨਹੀਂ ਕਿ ਐਕਟ ਕਿੱਥੇ ਗਿਆ। ਸ਼ਾਇਦ ਸਾਡੀਆਂ ਸਰਕਾਰਾਂ ਵੀ ਕਹਿੰਦੀਆਂ ਕਿ ਨਾ ਕਿਤਾਬ 'ਚ ਵੀ ਰੱਖਿਆ, ਨਾ ਲਾਇਬ੍ਰੇਰੀ 'ਚ ਵੀ ਰੱਖਿਆ, ਨਿਰਾ ਖਰਚਾ। ਹੁਣ ਦੂਸਰੇ ਪਾਸੇ ਜੇ ਆਪਾਂ ਹਾਲਾਤ ਦੇਖੀਏ ਤਾਂ ਪੰਜਾਬ ਦੇ 48 ਸਰਕਾਰੀ ਕਾਲਜ ਨੇ, ਉਹਨਾਂ 48 ਸਰਕਾਰੀ ਕਾਲਜਾਂ ਦੇ ਵਿੱਚੋਂ 34 ਕਾਲਜਾਂ ਦੇ ਵਿੱਚ ਕੋਈ ਲਾਇਬ੍ਰੇਰੀਅਨ ਨਹੀਂ। 14 ਸਾਡੇ ਕੋਲ ਜ਼ਿਲ੍ਹਾ ਲਾਇਬ੍ਰੇਰੀਆਂ ਨੇ, ਉਹਨਾਂ ਦੇ ਵਿੱਚੋਂ 10 ਜ਼ਿਲ੍ਹਾ ਲਾਇਬ੍ਰੇਰੀਆਂ ਦੇ ਵਿੱਚ ਕੋਈ ਪਰਮਾਨੈਂਟ ਲਾਇਬ੍ਰੇਰੀਅਨ ਨਹੀਂ। ਤੇ ਜੇ ਹਾਲਾਤ ਇਹੀ ਰਹੇ ਤਾਂ ਆਉਣ ਵਾਲਾ ਸਮਾਂ ਸਾਡੇ ਸਾਹਮਣੇ ਬਹੁਤ ਸਾਰੇ ਸਵਾਲ ਖੜੇ ਕਰੇਗਾ। ਹੁਣ ਦੇਖੋ ਇਹ ਗੱਲ ਪੱਕੀ ਹੈ, ਆਮ ਤੌਰ 'ਤੇ 3 ਹੀ ਬੰਦੇ ਹੁੰਦੇ ਆ, ਲਾਇਬ੍ਰੇਰੀਅਨ, ਰਿਸਟੋਰਰ ਤੇ ਦਰਜਾ 4 ਕਰਮਚਾਰੀ। ਹੁਣ ਲਾਇਬ੍ਰੇਰੀਅਨ ਦੀ ਅਸੀਂ ਭਰਤੀ ਨਹੀਂ ਕੀਤੀ, 20 ਸਾਲ ਹੋ ਗਏ ਜਿਹੜੇ ਸੇਵਾ ਮੁਕਤ ਹੋਈ ਜਾਂਦੇ ਆ, ਥਾਂ ਖਾਲੀ ਛੱਡੀ ਜਾਂਦੇ ਆ। ਤੇ ਦੂਸਰੇ ਪਾਸੇ ਰਿਸਟੋਰਰ ਦੀ ਵੀ ਅਸੀਂ ਭਰਤੀ ਨਹੀਂ ਕੀਤੀ, ਥਾਵਾਂ ਉਹਨਾਂ ਦੀਆਂ ਵੀ ਖਾਲੀ ਹੋਈ ਜਾਂਦੀਆਂ। ਦਰਜਾ 4 ਕਰਮਚਾਰੀ ਰਹਿ ਗਿਆ। ਦਰਜਾ 4 ਕਰਮਚਾਰੀ ਸਫਾਈ ਕਰ ਸਕਦਾ, ਦਰਜਾ 4 ਕਰਮਚਾਰੀ ਅਖਬਾਰਾਂ ਥਾਂ ਸਿਰ ਰੱਖ ਸਕਦਾ, ਦਰਜਾ 4 ਕਰਮਚਾਰੀ ਹੋ ਸਕਦਾ ਕੋਈ ਹੋਰ ਵੀ ਕੰਮ ਕਰ ਸਕਦਾ ਹੋਵੇ, ਪਰ ਉਹ ਸਹੀ ਢੰਗ ਦੇ ਨਾਲ ਲੋਕਾਂ ਦੀ ਜਿਗਿਆਸਾ ਸ਼ਾਂਤ ਕਰਕੇ ਉਹਨਾਂ ਨੂੰ ਸੁਜੈਸਟ ਨਹੀਂ ਚੰਗੇ ਤਰੀਕੇ ਆਮ ਤੌਰ ਤੇ ਕਰ ਸਕਦਾ ਕਿ ਭਾਈ ਆਹ ਕਿਤਾਬ ਤੁਹਾਨੂੰ ਪੜ੍ਹਨੀ ਚਾਹੀਦੀ ਹੈ, ਇਹ ਕਿਤਾਬ ਪਰਲੀ ਅਲਮਾਰੀ 'ਚ ਪਈ ਹੈ ਜਾਂ ਇਹ ਕਿਤਾਬ ਪਰਲੇ ਪਾਸੇ ਪਈ ਹੈ। ਇੱਦਾਂ ਦੀ ਗੱਲ ਕਹਿੰਦੇ ਕੋਈ ਨਹੀਂ। ਹੁਣ ਜੇ ਲਾਇਬ੍ਰੇਰੀਅਨ ਨਹੀਂ, ਰਿਸਟੋਰਰ ਨਹੀਂ, ਤਾਂ ਸਾਨੂੰ ਸਭ ਤੋਂ ਵੱਡਾ ਘਾਟਾ ਇਹ ਨਹੀਂ ਪਏਗਾ ਇਸ ਵੇਲੇ ਕਿ ਸਾਡੇ ਬੱਚੇ, ਸਾਡੇ ਪੰਜਾਬ ਦੇ ਲੋਕ ਜਿਹੜੇ ਨੇ, ਉਹਨਾਂ ਬੱਚਿਆਂ ਤੇ ਉਹਨਾਂ ਲੋਕਾਂ ਨੂੰ ਪੜ੍ਹਨ ਦੇ ਲਈ ਕਿਤਾਬਾਂ ਕੌਣ ਦੇਗਾ? ਸਾਡੀ ਸਭ ਤੋਂ ਵੱਡੀ ਇਸ ਵੇਲੇ ਮੁਸੀਬਤ ਜਿਹਨੇ ਭਵਿੱਖ ਦੇ ਵਿੱਚ ਸਾਨੂੰ ਅਹਿਸਾਸ ਕਰਾਉਣਾ ਕਿ ਸਾਡੀਆਂ ਭਾਵੇਂ ਜ਼ਿਲ੍ਹਾ ਪੱਧਰ ਦੀਆਂ ਲਾਇਬ੍ਰੇਰੀਆਂ, ਭਾਵੇਂ ਸਾਡੀ ਕਾਲਜ ਕਾਡਰ ਦੀਆਂ ਲਾਇਬ੍ਰੇਰੀਆਂ, ਉਹਨਾਂ ਦੇ ਵਿੱਚ ਲੱਖਾਂ ਕਿਤਾਬਾਂ ਪਈਆਂ। ਕਈ ਕਿਤਾਬਾਂ ਐਸੀਆਂ ਜਿਹਨਾਂ ਦੀ ਇੱਕ ਨਵੀਂ ਕਾਪੀ ਮਾਰਕੀਟ ਦੇ ਵਿੱਚ ਅਵੇਲੇਬਲ ਨਹੀਂ, ਉਪਲਬਧ ਨਹੀਂ। ਕਈ ਐਸੀਆਂ ਗੱਲਾਂ ਜਿਹੜੀਆਂ ਉਹ ਸਾਨੂੰ ਚੇਤੇ ਰੱਖਣੀਆਂ ਚਾਹੀਦੀਆਂ ਕਿ ਜਦੋਂ ਅਸੀਂ ਇੱਕ ਅਲਮਾਰੀ ਜਿਹਦੇ ਵਿੱਚ ਬਹੁਤ ਸਾਰੀਆਂ ਕਿਤਾਬਾਂ ਪਈਆਂ, ਕੋਈ 70 ਸਾਲ ਪੁਰਾਣੀ, ਕੋਈ 20 ਸਾਲ ਪੁਰਾਣੀ, ਉਹਨੂੰ ਖੋਲਦੇ ਨਹੀਂ, ਉਹਨੂੰ ਸਾਫ਼ ਸਫਾਈ ਨਹੀਂ ਕਰਦੇ, ਤਾਂ ਇਹ ਆਪਣੇ ਆਪ ਦੇ ਵਿੱਚ ਫਿਰ ਕਿਤਾਬਾਂ ਦੇ ਖਰਾਬ ਹੋਣ ਦਾ ਖਦਸ਼ਾ ਸਿਉਂਕ ਤੱਕ ਲੱਗ ਜਾਂਦੀ ਹੈ। ਤੇ ਜੇ ਅਸੀਂ ਪੰਜਾਬ ਦੀ 1-20 ਲਾਇਬ੍ਰੇਰੀ ਦੇ ਵਿੱਚ ਕੋਈ ਏਦਾਂ ਦਾ ਘਟਨਾਕ੍ਰਮ ਵਾਪਰਦਾ ਹੁੰਦਾ ਵੇਖ ਲਿਆ ਤੇ ਉਹਦੇ ਨਾਲ ਬਹੁਤ ਵੱਡਾ ਘਾਟਾ ਜਿਹੜਾ ਹੈ ਉਹ ਪੰਜਾਬ ਨੂੰ ਪੈ ਸਕਦਾ, ਕਿਉਂਕਿ ਕਿਤਾਬਾਂ, ਇਹ ਪੁਸਤਕਾਂ ਸਾਡਾ ਬੜਮੁੱਲਾ ਖਜ਼ਾਨਾ। ਉਹ ਵੱਖਰੀ ਗੱਲ ਹੈ ਕਿ ਹਾਲ ਦੀ ਘੜੀ ਲੋਕਾਂ ਨੇ ਵੀ, ਸਰਕਾਰ ਨੇ ਵੀ ਤੇ ਜਥੇਬੰਦੀਆਂ ਨੇ ਵੀ ਇਸ ਪੱਖੋਂ ਬਹੁਤ ਬੁਰੇ ਤਰੀਕੇ ਨਾਲ ਆਪਾਂ ਤੋੜਿਆ ਹੋਇਆ ਹੈ ਜੀ। ਉਧਰ ਬੜ ਸਾਹਿਬ, ਜਿਹੜੀ ਜਗਮੀਤ ਬਰਾੜ ਦੀ ਮੁਕਤੀ ਯਾਤਰਾ, ਉਹਦੀ ਵੀ ਕਾਫੀ ਚਰਚਾ ਚੱਲ ਰਹੀ ਹੈ, ਕੀ ਰਿਪੋਰਟ ਹੈ? ਸਰਕਮਲ ਸਿੰਘ ਜੀ, ਜਗਮੀਤ ਸਿੰਘ ਬਰਾੜ ਵੱਡੇ ਲੀਡਰ ਨੇ, ਭਾਸ਼ਣ ਵਧੀਆ ਦਿੰਦੇ ਆ, ਮੈਂਬਰ ਪਾਰਲੀਮੈਂਟ ਰਹਿ ਚੁੱਕੇ ਆ, ਇੱਕ ਮਾਣ ਉਹਨਾਂ ਨੂੰ ਇਹ ਮਿਲਦਾ ਕਿ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਈ ਚੋਣਾਂ ਲੜੀਆਂ, ਪਰ ਸੁਖਬੀਰ ਸਿੰਘ ਬਾਦਲ ਇੱਕੋ ਹੀ ਚੋਣ ਹਾਰਿਆ ਲੋਕ ਸਭਾ ਦੀ, ਤੇ ਉਸ ਚੋਣ ਵਿੱਚ ਜਗਮੀਤ ਬਰਾੜ ਨੇ ਸੁਖਬੀਰ ਸਿੰਘ ਬਾਦਲ ਨੂੰ ਹਰਾਇਆ ਸੀ। ਚਲੋ, ਜਗਮੀਤ ਬਰਾੜ ਭਾਸ਼ਣ ਚੰਗਾ ਦਿੰਦੇ, ਭਾਸ਼ਾਵਾਂ ਦੇ ਉੱਤੇ ਪਕੜ, ਵਿਸ਼ਿਆਂ ਦੇ ਉੱਤੇ ਪਕੜ, ਉਹਦਾ ਸਾਨੀ ਕੋਈ ਨਹੀਂ, ਪਰ ਜਗਮੀਤ ਸਿੰਘ ਬਰਾੜ ਦੀ ਇੱਕ ਬਹੁਤ ਵੱਡੀ ਸਮੱਸਿਆ ਇਹ ਹੈ ਕਿ ਉਹ ਕਿਸੇ ਪਾਰਟੀ 'ਚ ਅੱਜ ਤੱਕ ਟੇਕੇ ਰਹਿ ਨਹੀਂ ਸਕੇ ਜਾਂ ਉਹਨਾਂ ਨੂੰ ਟੇਕੇ ਕਿਸੇ ਨੇ ਰਹਿਣ ਨਹੀਂ ਦਿੱਤਾ। ਕਦੇ ਤ੍ਰਿਣਾਮੂਲ ਕਾਂਗਰਸ ਨਾਲ ਜੁੜੇ, ਕਦੇ ਕਾਂਗਰਸ ਤਿਵਾੜੀ ਨਾਲ ਜੁੜੇ, 5-6 ਵਾਰੀ ਕਾਂਗਰਸ ਨਾਲ ਜੁੜੇ, ਬਹੁਤ ਸਾਰੇ ਥਾਵਾਂ ਦੇ ਉੱਤੇ ਉਹਨਾਂ ਨੇ ਘੁੱਟਣ ਮਹਿਸੂਸ ਕਰਦਿਆਂ ਅੱਗੋਂ ਫਿਰ ਜਿਹੜਾ ਪਾਰਟੀਆਂ ਨੂੰ ਛੱਡ ਦਿੱਤਾ। ਹੁਣ ਜਗਮੀਤ ਬਰਾੜ ਪਿਛਲੇ ਕਈ ਦਿਨਾਂ ਤੋਂ ਇੱਕ ਵਾਰੀ ਫਿਰ ਕੋਸ਼ਿਸ਼ ਕਰ ਰਿਹਾ ਕਿ ਮੈਂ ਪੰਜਾਬ ਦੀ ਸਿਆਸੀ ਮੁੱਖ ਧਾਰਾ ਦੇ ਵਿੱਚ ਵਾਪਸ ਪਰਤਾ ਵਾਂ। ਉਹਨਾਂ ਨੇ ਤਾਂ ਸਿੱਧੇ ਤੌਰ ਤੇ ਐਲਾਨ ਵੀ ਕੀਤਾ ਕਿ ਮੈਂ ਜਿੱਧਰ ਵੀ ਗਿਆ ਲੋਕ ਸਭਾ ਦੀ ਚੋਣ ਲੜਨੀ ਜ਼ਰੂਰ ਹੈ। ਪਰ ਇਹਦੇ ਵਿਚਾਲੇ ਉਹਨਾਂ ਨੇ 2 ਦਿਨਾਂ ਦੀ ਇੱਕ ਮੁਕਤੀ ਯਾਤਰਾ ਸ਼ੁਰੂ ਕਰਤੀ, ਉਹ ਜਿਹੜਾ ਮਾਨਵੇ ਦੇ ਵਿੱਚ ਵਿੱਚ ਰਹਿਣੀ ਹੈ। ਤੇ ਹੁਣ ਉਹ ਜਿਹੜੀ ਮੁਕਤੀ ਯਾਤਰਾ ਹੈ ਉਹਦਾ ਏਜੰਡਾ ਉਹਨਾਂ ਨੇ ਰੱਖਿਆ ਬਿਲਕੁਲ ਗੈਰ ਸਿਆਸੀ, ਉਹ ਕਹਿੰਦੇ ਕੋਈ ਸਿਆਸੀ ਗੱਲ ਨਾ ਕੀਤੀ ਜਾਵੇ। ਉਹਨਾਂ ਨੇ 5-7 ਮੁੱਦੇ ਰੱਖੇ, ਉਹ ਕਹਿੰਦੇ ਕਿ ਭਾਈ ਆਪਾਂ ਪੰਜਾਬ ਦੇ ਲੋਕਾਂ ਦਾ ਧਿਆਨ ਲੋਕਾਂ ਦੇ ਅਸਲ ਮੁੱਦਿਆਂ ਦੇ ਉੱਤੇ ਕੇਂਦਰਿਤ ਕਰਨਾ ਚਾਹੁੰਦੇ ਆ। ਉਹ ਕਹਿੰਦੇ ਨਸ਼ਿਆਂ ਦੇ ਕਰਕੇ ਗੱਭਰੂ ਮਰ ਰਿਹਾ, ਖੁਦਕੁਸ਼ੀਆਂ ਕਰਕੇ ਕਿਸਾਨ ਤੇ ਖੇਤ ਮਜ਼ਦੂਰ ਮਰ ਰਿਹਾ, ਮਹਿੰਗਾਈ ਵਧੀ ਜਾਂਦੀ ਹੈ, ਰੇਤਾ ਦੇ ਮੁੱਦੇ ਦਾ ਹੱਲ ਕੋਈ ਨਹੀਂ ਨਿਕਲਿਆ, ਪੰਜਾਬ ਸੂਬੇ ਦੇ ਫਿਰ 2 ਲੱਖ ਕਰੋੜ ਰੁਪਈਏ ਦਾ ਕਹਿੰਦੇ ਕਰਜ਼ਾ ਹੋ ਚੱਲਾ, ਖੇਤੀਬਾੜੀ ਦੀ ਹਾਲਤ ਬਹੁਤੀ ਮੰਦੀ ਹੈ, ਉਦਯੋਗ ਇੱਥੇ ਬਚਿਆ ਕੋਈ ਨਹੀਂ। ਇਸ ਕਰਕੇ ਉਹ ਕਹਿੰਦੇ ਸਿੱਧੇ ਤੌਰ ਦੇ ਉੱਤੇ ਹੁਣ ਸਾਨੂੰ
ਸਿਆਸਤਦਾਨਾਂ ਨੂੰ ਸਧਾਰਨ ਲੋਕਾਂ ਨੂੰ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਡਿਬੇਟ ਕਰਨੀ ਚਾਹੀਦੀ ਹੈ, ਬਹੁਤ ਜ਼ਰੂਰੀ ਹੈ। ਤੇ ਜੇ ਅਸੀਂ ਨਹੀਂ ਕਰਾਂਗੇ ਲੋਕਾਂ ਦੇ ਮੁੱਦੇ ਉੱਪਰ ਲੜੀਆਂ ਹੋਣਗੇ ਤਾਂ ਪੰਜਾਬ 'ਚ ਕਦੇ ਵੀ ਇਹ ਜਿਹੜੇ ਭੱਖਦੇ ਮਸਲੇ ਨੇ ਉਹ ਹੱਲ ਹੀ ਨਹੀਂ ਹੋ ਸਕਣਗੇ। ਚਲੋ ਉਹਨਾਂ ਗੱਲ ਕਹਿਣੀ ਸੀ ਕਿਹਾ ਸੀ। ਇਹਦੇ ਤੋਂ ਇਲਾਵਾ ਉਹਨਾਂ ਦੀ ਇਸ ਮੁਕਤੀ ਯਾਤਰਾ ਨੂੰ ਸ਼ੁਰੂ ਕਰਾਉਣ ਦੇ ਵਿੱਚ ਸਾਬਕਾ MLA ਸੁਖਦਰਸ਼ਨ ਸਿੰਘ ਮਰਾੜ ਆਏ ਤੇ ਅੱਜ ਹੁਣ ਤੋਂ ਘੰਟੇ ਕੁ ਬਾਅਦ ਉਮੀਦ ਹੈ ਕਿ ਡਾਕਟਰ ਧਰਮਵੀਰ ਗਾਂਧੀ ਜਿਹੜੇ ਪਟਿਆਲੇ ਤੋਂ ਮੈਂਬਰ ਪਾਰਲੀਮੈਂਟ ਨੇ ਉਹ ਵੀ ਆਉਣਗੇ। ਪੱਤਰਕਾਰਾਂ ਨੇ ਜਗਮੀਤ ਬਰਾੜ ਸਾਹਿਬ ਨੂੰ ਪੁੱਛਿਆ ਕਿ ਬਰਾੜ ਸਾਹਿਬ ਤੁਸੀਂ ਤਾਂ ਕਹਿੰਦੇ ਸੀ ਇਹ ਬਿਲਕੁਲ ਗੈਰ ਸਿਆਸੀ ਕੰਮ ਹੈ, ਸੁਖਦਰਸ਼ਨ ਸਿੰਘ ਮਰਾੜ ਤੇ ਡਾਕਟਰ ਧਰਮਵੀਰ ਗਾਂਧੀ ਕਰਨ ਆਉਣਗੇ। ਉਹ ਕਹਿੰਦੇ ਸੁਖਦਰਸ਼ਨ ਮਰਾੜ ਵੀ ਆਪਣੇ ਤੌਰ ਤੇ ਆਇਆ, ਸਿਆਸੀ ਲੀਡਰ ਬਣ ਕੇ ਨਹੀਂ ਆਇਆ, ਤੇ ਡਾਕਟਰ ਧਰਮਵੀਰ ਗਾਂਧੀ ਕੋਲ ਤਾਂ ਕਹਿੰਦੇ ਪੰਜਾਬ ਦੇ ਤਰੱਕੀ ਦਾ ਵਿਜ਼ਨ ਬਹੁਤ ਵਧੀਆ ਹੈ, ਬੜਾ ਅੱਛਾ ਵਿਜ਼ਨ ਹੈ, ਇੱਕ ਦ੍ਰਿਸ਼ਟੀਕੋਣ ਹੈ ਜਿਹਦੇ ਆਧਾਰ ਦੇ ਉੱਤੇ ਪੰਜਾਬ ਦਾ ਬਹੁਤ ਵੱਡੀ ਪੱਧਰ ਦੇ ਉੱਤੇ ਉਹ ਕਹਿੰਦੇ ਵਿਕਾਸ ਹੋ ਸਕਦਾ ਹੈ। ਇਸ ਕਰਕੇ ਉਹਨਾਂ ਦਾ ਦ੍ਰਿਸ਼ਟੀਕੋਣ ਸਮਝਣ ਦੇ ਲਈ ਤੇ ਲੋਕਾਂ ਨੂੰ ਉਹ ਕਿਹੋ ਜਿਹੀਆਂ ਮੌਜੂਦਾ ਸਮੱਸਿਆਵਾਂ ਦੇ ਵਿੱਚੋਂ ਬਾਹਰ ਨਿਕਲਣ ਦੇ ਲਈ ਉਹ ਸਲਾਹਾਂ ਦਿੰਦੇ ਆ, ਉਹਦੇ ਉੱਤੇ ਕਹਿੰਦੇ ਅਸੀਂ ਧਿਆਨ ਕੇਂਦਰਿਤ ਕਰਨਾ, ਸਿਆਸੀ ਮਕਸਦ ਕੋਈ ਨਹੀਂ। ਸੋ ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਗਮੀਤ ਸਿੰਘ ਬਰਾੜ ਹੋਰਾਂ ਦੀ ਮੁਕਤੀ ਯਾਤਰਾ ਭਾਵੇਂ ਸ਼ਾਮੀ ਸਮਾਪਤ ਹੋ ਜਾਣੀ ਹੈ, ਉਹਦੇ ਬਾਬਤ ਪ੍ਰਤੀਕਿਰਿਆਵਾਂ ਜਿਹੜੀਆਂ ਨੇ ਉਹ ਵੱਖ ਵੱਖ ਸਿਆਸੀ ਪਾਰਟੀਆਂ ਦੇ ਲੀਡਰਾਂ ਵੱਲੋਂ ਆਉਂਦੀਆਂ ਕਿਹੋ ਜਿਹੀਆਂ। ਜੀ ਬਾਠ ਸਾਹਿਬ, ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ ਥੋੜ੍ਹੇ ਚਿਰ ਬਾਅਦ ਆਪਣੀ ਕਿਸੇ ਨਾ ਕਿਸੇ ਟਿੱਪਣੀ ਕਰਕੇ ਉਹ ਚਰਚਾ ਦੇ ਵਿੱਚ ਬਣੇ ਰਹਿੰਦੇ ਨੇ। ਹੁਣ ਉਹਨਾਂ ਨੇ ਕੈਪਟਨ ਸਰਕਾਰ ਤੋਂ ਖਿਡਾਰੀਆਂ ਦੇ ਹੱਕ ਦੇ ਵਿੱਚ ਹਾਂ ਪੱਖੀ ਕੋਈ ਮੰਗ ਮੰਗੀ ਹੈ, ਉਹਦੇ ਬਾਰੇ ਦੱਸ ਦਿਓ ਥੋੜ੍ਹਾ ਡਿਟੇਲ ਨਾਲ ਕੀ ਕਿਹਾ ਉਹਨਾਂ ਨੇ। ਕਮਲ ਸਿੰਘ ਜੀ, ਅਸਲ 'ਚ ਪ੍ਰਤਾਪ ਸਿੰਘ ਬਾਜਵਾ ਰਾਜ ਸਭਾ ਦੇ ਮੈਂਬਰ ਨੇ, ਕਾਂਗਰਸ ਪਾਰਟੀ ਦੇ ਲੀਡਰ ਨੇ, ਪੰਜਾਬ 'ਚ ਕੈਬਨਿਟ ਮੰਤਰੀ ਰਹਿ ਚੁੱਕੇ ਹੈ, ਸੂਬਾ ਕਾਂਗਰਸ ਦੇ ਪ੍ਰਧਾਨ ਤੱਕ ਰਹਿ ਚੁੱਕੇ ਤੇ ਕਪਤਾਨ ਸਾਹਿਬ ਨਾਲ ਬੰਦੀ ਬੁੰਦੀ ਹੈ ਨੀ ਉਹਨਾਂ ਦੀ, ਇਹ ਗੱਲ ਮੈਂ ਪਹਿਲੇ ਦੱਸਿਆ। ਹੁਣ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਹੋਰਾਂ ਤੋਂ ਇੱਕ ਮੰਗ ਕੀਤੀ। ਬਾਜਵਾ ਸਾਹਿਬ ਕਹਿੰਦੇ ਜੀ ਦੇਖੋ, ਏਸ਼ੀਆਈ ਖੇਡਾਂ ਮੁੱਕੀਆਂ, ਪੰਜਾਬ ਦੇ ਕੁੱਝ ਇੱਕ ਖਿਡਾਰੀਆਂ ਨੇ ਪ੍ਰਾਪਤੀਆਂ ਕੀਤੀਆਂ, ਪਰ ਬਹੁਤੇ ਖਿਡਾਰੀ ਆਰਥਿਕ ਤੌਰ ਤੇ ਮੰਦੀ ਦੇ ਸ਼ਿਕਾਰ ਹੈ। ਇਸ ਕਰਕੇ ਉਹ ਕਹਿੰਦੇ ਮੈਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜਿਹੜੇ ਮੇਰੀ ਆਪਣੀ ਹੀ ਪਾਰਟੀ ਦੇ ਲੀਡਰ ਨੇ, ਉਹਨਾਂ ਨੂੰ ਬੇਨਤੀ ਕਰਦਾ ਕਿ ਜਿਹੜੇ ਏਸ਼ੀਆਈ ਖੇਡਾਂ ਦੇ ਵਿੱਚੋਂ ਭਾਰਤ ਦੇ ਖਿਡਾਰੀ ਜਿੱਤ ਕੇ ਆਏ ਨੇ, ਤੁਸੀਂ ਉਹਨਾਂ ਨੂੰ ਇਨਾਮ ਘੱਟੋ ਘੱਟ ਹਰਿਆਣੇ ਵਾਲੇ ਇਨਾਮ ਦੇ ਬਰਾਬਰ ਦੇ ਦਿਓ। ਹੁਣ ਹਰਿਆਣੇ ਵਾਲੇ ਇਨਾਮ ਦੇ ਬਰਾਬਰ ਦੇਣਾ ਕੋਈ ਮਾੜੀ ਗੱਲ ਨਹੀਂ, ਪ੍ਰਤਾਪ ਸਿੰਘ ਬਾਜਵਾ ਨੇ ਕੀਤੀ ਇਹ ਸਾਰੀ ਦੀ ਸਾਰੀ ਗੱਲ ਉਹਨਾਂ ਨੇ ਠੀਕ ਕੀਤੀ ਹੈ ਕਿ ਖਿਡਾਰੀਆਂ ਨੂੰ ਵਧੀਆ ਇਨਾਮ ਮਿਲਣੇ ਚਾਹੀਦੇ ਹੈ, ਖਿਡਾਰੀਆਂ ਨੂੰ ਵਧੀਆ ਟ੍ਰੇਨਿੰਗ ਮਿਲਣੀ ਚਾਹੀਦੀ ਹੈ, ਖਿਡਾਰੀਆਂ ਨੂੰ ਚੰਗੀ ਨੌਕਰੀ ਮਿਲਣੀ ਚਾਹੀਦੀ ਹੈ, ਤਾਂ ਜੋ ਉਹਨਾਂ ਦਾ ਫਿਊਚਰ, ਉਹਨਾਂ ਦਾ ਭਵਿੱਖ ਜਿਹੜਾ ਸੁਰੱਖਿਅਤ ਹੋ ਸਕੇ। ਪਰ ਫਰਕ ਵੀ ਬਹੁਤ ਹੈ, ਹਰਿਆਣੇ ਵਾਲੇ ਜਿਹੜੇ ਨੇ ਉਹ ਗੋਲਡ ਮੈਡਲ ਜਿੱਤਣ ਵਾਲੇ ਨੂੰ 3 ਕਰੋੜ ਰੁਪਈਆ ਦਿੰਦੇ ਆ ਤੇ ਪੰਜਾਬ ਵਾਲੇ ਜਿਹੜੇ 26 ਲੱਖ ਰੁਪਈਆ ਦਿੰਦੇ ਆ। ਤੇ ਜੇ ਹੁਣ ਕੈਪਟਨ ਅਮਰਿੰਦਰ ਸਿੰਘ ਪ੍ਰਤਾਪ ਸਿੰਘ ਬਾਜਵਾ ਦੇ ਆਖਣ ਦੇ ਉੱਤੇ ਇਧਰਲੇ ਪਾਸੇ ਸੋਚ ਵਿਚਾਰ ਕਰਨ ਦਾ ਯਤਨ ਕਰਨ ਵੀ, ਤਾਂ ਵੀ ਉਹਨਾਂ ਨੂੰ ਵੱਡੀ ਰਕਮ ਦੀ ਲੋੜ ਹੋਏਗੀ, ਹਾਲਾਂਕਿ ਬਹੁਤੇ ਖਿਡਾਰੀ ਪੰਜਾਬ ਤੋਂ ਜਿੱਤੇ ਨਹੀਂ। ਤੇ ਦੂਸਰੇ ਪਾਸੇ ਹੋ ਸਕਦਾ ਖਿਡਾਰੀਆਂ ਦੇ ਪੱਖ ਤੋਂ ਇਹ ਗੱਲ ਬਿਲਕੁਲ ਠੀਕ ਕੀਤੀ ਪ੍ਰਤਾਪ ਸਿੰਘ ਬਾਜਵਾ ਨੇ, ਪਰ ਆਪਣੇ ਆਪ ਦੇ ਵਿੱਚ ਇਹ ਗੱਲ ਬਿਲਕੁਲ ਸਾਫ਼ ਤੇ ਸਪਸ਼ਟ ਹੈ ਕਿ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਲਾਉਣ ਦਾ ਯਤਨ ਕੀਤਾ ਹੈ। ਉਹਨਾਂ ਨੂੰ ਪਤਾ ਹੈ ਕਿ ਜੇ ਕੈਪਟਨ ਅਮਰਿੰਦਰ ਸਿੰਘ ਨੇ ਆਉਣ ਵਾਲੇ ਦਿਨਾਂ 'ਚ ਜਾਂ ਖੇਡ ਮੰਤਰੀ ਪੰਜਾਬ ਰਾਣਾ ਗੁਰਮੀਤ ਸੇਬੀ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਹਰਿਆਣੇ ਦੇ ਬਰਾਬਰ ਇਨਾਮ ਕਰ ਦਿੱਤੇ, ਤਾਂ ਪੰਜਾਬ ਦੇ ਲੋਕਾਂ ਦੇ ਵਿੱਚ ਪ੍ਰਚਾਰ ਕੀਤਾ ਜਾ ਸਕਦਾ ਕਿ ਜੇ ਪ੍ਰਤਾਪ ਸਿੰਘ ਬਾਜਵਾ ਇਹ ਨੁਕਤਾ ਆਪਣੀ ਸਰਕਾਰ ਦੇ ਸਾਹਮਣੇ ਨਾ ਰੱਖਦੇ ਤਾਂ ਸ਼ਾਇਦ ਪੰਜਾਬ ਦੇ ਖਿਡਾਰੀਆਂ ਨੂੰ ਇੰਨੀ ਵੱਡੀ ਪੱਧਰ ਤੇ ਇਨਾਮ ਨਾ ਮਿਲਦੇ। ਦੂਸਰੀ ਗੱਲ, ਜੇ ਉਹ ਕਹਿੰਦੇ ਕਿ ਇਨਾਮ 26 ਲੱਖ ਹੀ ਰੱਖਦੇ ਆ, ਤਾਂ ਫਿਰ ਕੱਲ੍ਹ ਨੂੰ ਕਿਤੇ ਪ੍ਰਤਾਪ ਸਿੰਘ ਬਾਜਵਾ ਨੂੰ ਜੇ ਕੋਈ ਪੁੱਛੇ ਪੱਤਰਕਾਰ ਭਾਈ ਕਿ ਭਾਈ ਹਰਿਆਣਿਆਂ ਨੇ ਇੰਨੇ ਇਨਾਮ ਦਿੱਤੇ, ਤੁਸੀਂ ਬਹੁਤ ਘੱਟ ਦਿੱਤੇ, ਤੁਹਾਡੀ ਪਾਰਟੀ ਦੀ ਸਰਕਾਰ ਹੈ, ਉਦੋਂ ਫਿਰ ਪ੍ਰਤਾਪ ਸਿੰਘ ਬਾਜਵਾ ਦੇ ਕੋਲੇ ਕਹਿਣ ਨੂੰ ਹੋਏਗਾ ਕਿ ਦੇਖੋ ਜੀ ਮੈਂ ਤਾਂ ਜਨਤਕ ਰੂਪ ਦੇ ਵਿੱਚ ਵੀ ਇਹ ਸਲਾਹ ਜਿਹੜੀ ਉਹ ਦਿੱਤੀ ਸੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਵੀ ਕੀਤੀ ਸੀ, ਉਹਨਾਂ ਨੇ ਮੰਗ ਦੇ ਉੱਤੇ ਗੌਰ ਨਹੀਂ ਕੀਤਾ, ਹੁਣ ਦੱਸੋ ਮੈਂ ਕੀ ਕਰਾਂ। ਚਲੋ ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਤਕਰੀਬਨ ਕਲੀਅਰ ਹੋਣ ਲੱਗ ਪਈਆਂ ਕਿ ਹਾਲਾਤ ਕਿੱਥੇ ਖੜੇ ਆ, ਪਰ ਇਹ ਗੱਲ ਪੱਕੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਜਦੋਂ ਵੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਸਰਕਾਰ ਬਣੀ ਹੈ, ਉਹਨਾਂ ਨੇ ਜਿੰਨੇ ਬਿਆਨ ਦਿੱਤੇ ਨੇ ਤਕਰੀਬਨ ਕੈਪਟਨ ਅਮਰਿੰਦਰ ਸਿੰਘ ਨੂੰ ਸਿਆਸੀ ਪੈਂਚੀ ਲੱਗਣ ਵਾਲੇ ਬਿਆਨ ਦਿੱਤੇ ਆ। ਹੁਣ ਉਹਨਾਂ ਨੇ ਇੱਕ ਵਾਰੀ ਇਹ ਕਹਿਤਾ ਸੀ ਕਿ ਭਾਈ ਨੌਜਵਾਨ ਵਿਧਾਇਕ ਜਿਹੜੇ ਆ ਉਹਨਾਂ ਨੂੰ ਹੀ ਮੰਤਰੀ ਬਣਾਓ, ਬੁੱਢੇ ਠੇਰੇ ਰਹਿਣ ਦਿਓ, ਉਦੋਂ ਨੌਜਵਾਨ ਹੱਕ 'ਚ ਆ ਗਿਆ ਸੀ, ਉਹਨਾਂ ਨੇ ਮੰਗਾਂ ਕਰਨੀਆਂ ਸ਼ੁਰੂ ਕਰਤੀਆਂ, ਸਾਨੂੰ ਵੀ ਮੰਤਰੀ ਬਣਾਓ, ਸਾਨੂੰ ਵੀ ਮੰਤਰੀ ਬਣਾਓ, ਬਜ਼ੁਰਗ ਜਿਹੜੇ ਔਖੇ ਹੋ ਗਏ ਸੀ। ਉਹਦੇ ਤੋਂ ਬਾਅਦ ਇੱਕ ਵਾਰ ਇੱਦਾਂ ਦੇ ਵੀ ਹਾਲਾਤ ਹੋਏ, ਕੈਨੇਡਾ ਗਏ ਸੀ ਪ੍ਰਤਾਪ ਸਿੰਘ ਬਾਜਵਾ, ਉੱਥੇ ਆਪਣੀ ਹੀ ਪਾਰਟੀ ਦੀ ਸਰਕਾਰ ਦੀ ਵਿਖੋਈ ਕਰਤੀ ਕਿ ਭਾਈ ਬਹੁਤਾ ਜ਼ਿਆਦਾ ਕੋਈ ਵਧੀਆ ਕੰਮ ਨਹੀਂ ਹੈ, ਲੋਕ ਜਿਹੜੇ ਬਹੁਤੇ ਜ਼ਿਆਦਾ ਸੰਤੁਸ਼ਟ ਨਹੀਂ ਹੈ, ਇੱਧਰ ਪੰਜਾਬ ਦੇ ਵਿੱਚ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਕ ਆ ਉਹਨਾਂ ਨੇ ਉੱਥੋਂ ਹੀ ਸਲਾਬਿਆ ਕਾਰਤੂਸ, ਚੱਲਿਆ ਹੋਇਆ ਕਾਰਤੂਸ ਪ੍ਰਤਾਪ ਸਿੰਘ ਬਾਜਵਾ ਨੂੰ ਕਹਿਣਾ ਸ਼ੁਰੂ ਕਰਤਾ ਜਿਹੜਾ ਰਾਜ ਸਭਾ 'ਚ ਕਹਿੰਦੇ ਅਸੀਂ ਭੇਜਿਆ। ਹੁਣ ਇਸ ਸਾਰੀ ਪ੍ਰਕਿਰਿਆ ਦੇ ਨਾਲ ਨਾਲ ਇੱਕ ਗੱਲ ਜਿਹੜੀ ਬਿਲਕੁਲ ਸਾਫ਼ ਤੇ ਸਪਸ਼ਟ ਹੋ ਗਈ
ਉਹ ਇਹ ਹੈ ਕਿ ਪ੍ਰਤਾਪ ਸਿੰਘ ਬਾਜਵਾ ਕਿਸੇ ਵੀ ਮੌਕੇ ਨੂੰ ਖੁੰਝਣ ਨਹੀਂ ਦੇਣਾ ਚਾਹੁੰਦੇ। ਜੇ ਇਸ ਮੌਕੇ ਦੇ ਉੱਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਉਹ ਕਿਸੇ ਨਾ ਕਿਸੇ ਛੋਟੇ ਵੱਡੇ ਧਰਮ ਸੰਕਟ ਵਿੱਚ ਫਸਾ ਨਾ ਦੇਣ। ਜੀ ਬਟ ਸਾਹਿਬ, ਹੁਣ ਸਮਾਂ ਜਿਹੜਾ ਆਪਾਂ ਨੂੰ ਇਜਾਜ਼ਤ ਨਹੀਂ ਦੇ ਰਿਹਾ, ਹੋ ਰਿਹਾ ਗੱਲਬਾਤ ਦੀ ਸਮਾਪਤੀ ਦਾ। ਸਮਾਪਤੀ ਕਰਦੇ ਹਾਂ ਜੀ, ਤੁਸੀਂ ਆਪਣਾ ਕੀਮਤੀ ਵਕਤ ਸਾਡੇ ਸਟੂਡੀਓ ਲਈ ਦਿੱਤਾ, ਉਹਦੇ ਲਈ ਤੁਹਾਡੇ ਬਹੁਤ ਬਹੁਤ ਧੰਨਵਾਦੀ ਹਾਂ। ਬਹੁਤ ਸ਼ੁਕਰੀਆ, ਮਿਹਰਬਾਨੀ ਹਰਕਮਲ ਸਿੰਘ ਜੀ। ਰੇਡੀਓ ਕੌਮੀ ਆਵਾਜ਼ ਦੇ ਸਰੋਤਿਆਂ ਨੂੰ ਸ਼ੁਭ ਇਸ਼ਾਵਾਂ। ਦੋਸਤੋ, ਪੰਜਾਬ ਤੇ ਭਾਰਤ ਦਾ ਹਾਲਚਾਲ ਹੁਣੇ ਹੁਣੇ ਤੁਸੀਂ ਸੁਣਿਆ ਪਰਮਵੀਰ ਸਿੰਘ ਬਾਠੋਰਾ ਕੋਲੋਂ। ਇਸ ਤੋਂ ਬਾਅਦ ਅਰਸ਼ਪਾਲ ਸਿੰਘ ਆਸਟ੍ਰੇਲੀਆ ਦੀਆਂ ਕੁਝ ਵਿਸ਼ੇਸ਼ ਖਬਰਾਂ ਨਾਲ ਪ੍ਰੋਗਰਾਮ ਨੂੰ ਅੱਗੇ ਵਧਾਉਣਗੇ। ਆਪਾਂ ਮਿਲਦੇ ਹਾਂ ਫਿਰ ਕੱਲ ਇਸੇ ਸਮੇਂ ਇਸੇ ਪ੍ਰੋਗਰਾਮ ਦੇ ਵਿੱਚ। ਤਦ ਤੱਕ ਲਈ ਦਿਓ ਇਜਾਜ਼ਤ ਤੇ ਬਣੇ ਰਹੋ ਤੁਹਾਡੇ ਆਪਣੇ ਰੇਡੀਓ ਕੌਮੀ ਆਵਾਜ਼ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।